ਪਿਆਰਿਆਂ ਨੂੰ ਚੰਦ ਤੇ ਸਤਾਰਿਆਂ ਨੂੰ ਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਖਾਸ ਤੌਰ 'ਤੇ ਕੈਲੀਫੋਰਨੀਆ ਦੇ ਵਿੱਚ ਜਿੰਨੇ ਦੋਸਤ ਮਿੱਤਰ ਹੈਗੇ ਨੇ, ਕਿ ਨੱਠ ਭਜਾਈ ਕਾਫੀ ਹੋ ਰਹੀ ਹੈ, 6 ਮਾਰਚ ਨੇੜੇ ਆ ਰਹੀ ਹੈ ਅਤੇ ਤਿਵੇਂ ਤਿਵੇਂ ਹੀ ਦਿਲ ਦੀਆਂ ਧੜਕਣਾਂ ਵੀ ਤੇਜ਼ ਹੋ ਰਹੀਆਂ ਅਤੇ ਨਾਲ ਦੀ ਨਾਲ ਜਿਹੜਾ ਹੈਗਾ ਚਾਹ ਹੁੰਦਾ ਇੱਕ ਕਿਸਮ ਦਾ, ਉਹ ਵੀ ਬੜਾ ਵੱਡੇ ਪੱਧਰ 'ਤੇ ਹੈਗਾ। ਅਤੇ ਬਾਕੀ ਅਗਰ ਅਸੀਂ ਗੱਲ ਕਰੀਏ ਕੈਲੀਫੋਰਨੀਆ ਦੀ ਜਾਂ ਪੂਰੇ ਅਮੈਰੀਕਾ ਦੇ ਵਿੱਚੋਂ ਰਿਸਪੋਂਸ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸਭ ਦਾ। ਪੂਰੀ ਅਮੈਰੀਕਾ ਦੇ ਵਿੱਚ ਬੈਠੇ ਪੰਜਾਬੀ ਜਿਹੜੇ ਹੈਗੇ ਨੇ, ਸਿਰਫ ਕੈਲੀਫੋਰਨੀਆ ਤੋਂ ਨਹੀਂ, ਸਾਨੂੰ ਫੋਨ ਇੰਨੇ ਰੋਜ਼ ਆਉਂਦੇ ਨੇ, ਫੋਨ ਆਉਂਦੇ ਨੇ ਵੀ ਅਸੀਂ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹਾਂ, ਹਰ ਤਰ੍ਹਾਂ ਨਾਲ ਤੁਹਾਡੇ ਨਾਲ ਖੜ੍ਹੇ ਹਾਂ, ਤਾਂ ਬੜਾ ਚੰਗਾ ਲੱਗਦਾ। ਬਹੁਤ ਬਹੁਤ ਧੰਨਵਾਦ ਕਰਦੇ ਤੁਹਾਡਾ। ਪਿੱਛੇ ਜੇ ਟੂਰ ਆਇਆ ਸੀ ਅਸੀਂ ਲਾਸਟ ਵੀਕਐਂਡ 'ਤੇ ਇੱਧਰ ਫਰਿਜਨੋ ਬੇਕਰਜ਼ ਫੀਲਡ ਐਲ ਏ ਦਾ, ਉੱਥੇ ਵੀ ਜਿੰਨੇ ਦੋਸਤਾਂ ਮਿੱਤਰਾਂ ਸੱਜਣਾਂ ਪਿਆਰਿਆਂ ਨੂੰ ਮਿਲੇ ਹਾਂ, ਸਭ ਵੱਲੋਂ ਬੜਾ ਭਰਮਾ ਹੁੰਗਾਰਾ ਜਿਹੜਾ ਸਾਨੂੰ ਮਿਲਿਆ, ਬਹੁਤ ਜ਼ਿਆਦਾ ਪਿਆਰ ਅਤੇ ਬਹੁਤ ਜ਼ਿਆਦਾ ਆਸ਼ੀਰਵਾਦ ਪੰਜਾਬੀਆਂ ਦਾ ਸਾਨੂੰ ਔਰ ਸਾਡੇ ਸਟੂਡੀਓ ਨੂੰ, ਖਾਸ ਤੌਰ 'ਤੇ ਜਸ ਪੰਜਾਬੀ ਨੂੰ ਮਿਲ ਰਿਹਾ। ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਤੁਹਾਨੂੰ ਕਿ 6 ਮਾਰਚ ਨੂੰ ਇੱਥੇ ਲੈਥਰੋਪ ਸਟੂਡੀਓ ਸਾਡਾ ਜਿੱਥੇ ਬਣਿਆ, ਉੱਥੇ ਹੀ ਸਟੂਡੀਓ ਦਾ ਇਹ ਉੱਥੇ ਹੀ ਫੰਕਸ਼ਨ ਰੱਖਿਆ ਗਿਆ 6 ਮਾਰਚ ਦਾ, ਔਰ ਸ਼ਾਮ ਦਾ ਫੰਕਸ਼ਨ ਹੈਗਾ 6 ਮਾਰਚ ਨੂੰ। ਗ੍ਰੈਂਡ ਓਪਨਿੰਗ ਹੈਗੀ ਆ ਕੈਲੀਫੋਰਨੀਆ ਦੇ ਸਟੂਡੀਓ ਦੀ, ਅਤੇ ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ 13 ਸਾਲ ਜਸ ਪੰਜਾਬੀ ਨੂੰ ਪੂਰੇ ਹੋ ਜਾਣੇ ਆ, ਅਤੇ ਉਹ ਐਨੀਵਰਸਰੀ ਜਿਹੜੀ ਹੈ ਉਹ ਵੀ ਸਾਡੀ ਉਦੋਂ ਹੀ ਹੁੰਦੀ ਹੈ ਮਾਰਚ ਦੇ ਪਹਿਲੇ ਹਫ਼ਤੇ। ਸੋ ਸਾਰਾ ਕੁਛ ਇਕੱਠਾ ਇੰਜੋਏ ਕਰਾਂਗੇ, ਇਕੱਠਾ ਰਲ ਕੇ ਮਨਾਵਾਂਗੇ, ਖੂਬ ਖੁਸ਼ੀਆਂ ਮਨਾਵਾਂਗੇ, ਅਤੇ ਨਾਲ ਨਾਲ ਉਹ ਪ੍ਰੋਗਰਾਮ ਜਿਹੜੇ ਸਾਡੇ ਦੋਸਤ ਮਿੱਤਰ ਭੈਣ ਭਰਾ ਨਹੀਂ ਪਹੁੰਚ ਸਕਦੇ ਇੱਥੇ ਪ੍ਰੋਗਰਾਮ ਦੇ ਵਿੱਚ, ਤਾਂ ਉਹਨਾਂ ਨੂੰ ਘਰਾਂ 'ਚ ਬੈਠਿਆਂ ਨੂੰ ਲਾਈਵ ਦਿਖਾਵਾਂਗੇ ਜੀ। ਸੋ ਬਣਾਈ ਰੱਖੋ ਇਸੇ ਤਰ੍ਹਾਂ ਪਿਆਰ ਜਸ ਪੰਜਾਬੀ ਦੇ ਨਾਲ, ਇਸੇ ਤਰ੍ਹਾਂ ਆਸ਼ੀਰਵਾਦ ਜਿਹੜਾ ਜਸ ਪੰਜਾਬੀ ਦੇ ਬਣਾਈ ਰੱਖੋ, ਕਿਰਪਾ ਉਸ ਪਰਮਾਤਮਾ ਦੀ ਹੈ, ਸਾਰਾ ਕੁਛ ਵਧੀਆ, ਸਾਰਾ ਕੁਛ ਬੱਲੇ ਬੱਲੇ ਹੈ। ਲਓ ਜੀ, ਗੱਲ ਕਰੀਏ ਆਪਾਂ ਫਰਾਈਡੇ ਵੀ ਪ੍ਰੋਗਰਾਮ ਜਿਹੜਾ ਰਿਕਾਰਡਡ ਲਾਉਣਾ ਪਿਆ ਸੀਗਾ, ਕਿਉਂਕਿ ਫੇਰਾ ਤੁਰਾ ਥੋੜ੍ਹਾ ਜ਼ਿਆਦਾ ਆ, ਅਤੇ ਹੋਰ 2-4 ਦਿਨ ਦੀ ਗੱਲ ਹੈ, ਅਤੇ ਆਪਣੀ ਰੂਟੀਨ ਜਿਹੜੀ ਆ ਬੜੀ ਵਧੀਆ ਬਣ ਜਾਣੀ ਹੈ ਸਟੂਡੀਓ ਦੀ, ਅਤੇ ਸਟੂਡੀਓ ਦੇ ਵਿੱਚ ਫਿਰ ਸਾਡੇ ਜਿਹੜੇ ਦੋਸਤ ਮਿੱਤਰ ਕੋਈ ਆ ਕੇ ਉੱਥੇ ਗੱਲ ਕਰਨਾ ਚਾਹੁੰਦੇ ਨੇ, ਅਤੇ ਆ ਕੇ ਵੀ ਆਪਾਂ ਉੱਥੇ ਕਰਾਂਗੇ, ਕੋਸ਼ਿਸ਼ ਕਰਾਂਗੇ, ਉੱਥੇ ਬੁਲਾ ਹੀ ਲਿਆ ਕਰੀਏ ਅਸੀਂ ਤੁਹਾਨੂੰ ਸਾਰਿਆਂ ਨੂੰ, ਮੂਹਰੇ ਬੈਠ ਕੇ ਆਰਾਮ ਨਾਲ ਗੱਲਾਂ ਬਾਤਾਂ ਕੀਤੀਆਂ, ਖੁੱਲ੍ਹਾ ਸਟੂਡੀਓ ਹੈ, ਅਤੇ ਉੱਥੇ ਜਿੰਨਾ ਮਰਜ਼ੀ ਆਪਣਾ ਜਿੰਨੇ ਮਰਜ਼ੀ ਲੋਕ ਆ ਜਾਣ, ਜਿੰਨੇ ਮਰਜ਼ੀ ਪੰਜਾਬੀ ਆ ਕੇ ਅੱਗੇ ਬੈਠ ਕੇ ਪ੍ਰੋਗਰਾਮ ਦਾ ਆਨੰਦ ਮਾਣਨਾ ਚਾਹੁਣ, ਮਾਣ ਸਕਦੇ ਨੇ। ਹੁਣ ਗੱਲ ਕਰੀਏ ਅੱਜ ਦੇ ਪ੍ਰੋਗਰਾਮ ਦੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਅਕਸਰ ਕੋਈ ਨਾ ਕੋਈ ਐਸਾ ਰੰਗ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰੀਦੀ ਹੈ ਜਿਹੜਾ ਕਿ ਤੁਹਾਡੇ ਦਿਲਾਂ ਨੂੰ ਚੰਗਾ ਲੱਗਦਾ, ਤੁਹਾਡੀਆਂ ਅੱਖਾਂ ਨੂੰ ਚੰਗਾ ਲੱਗਦਾ। ਉਸ ਰੰਗ ਤੋਂ ਭਾਵ ਹੈ ਪੁਰਾਣਾ ਕੋਈ ਨਾ ਕੋਈ ਰੰਗ ਤੁਹਾਡੇ ਰੂਬਰੂ ਕਰੀਦੀ ਆ, ਪੁਰਾਣੀ ਕੋਈ ਨਾ ਕੋਈ ਕਲਾ, ਪੁਰਾਣਾ ਕੋਈ ਨਾ ਕੋਈ ਕਲਾਕਾਰ ਤੁਹਾਡੇ ਰੂਬਰੂ ਕਰੀਦਾ, ਔਰ ਨਾਲ ਦੀ ਨਾਲ ਪਿੱਛੇ ਜੇ ਲੋਕ ਕਿੱਸੇ ਸ਼ੁਰੂ ਕੀਤੇ ਸੀ ਮੈਂ, ਉਹਨਾਂ ਦਾ ਵੀ ਬੜਾ ਵਧੀਆ ਹੁੰਗਾਰਾ ਮਿਲਿਆ ਸੀਗਾ। ਸੋ ਬਹੁਤ ਸਾਰੇ ਦਰਸ਼ਕ ਅੱਜ ਦਾ ਪ੍ਰੋਗਰਾਮ ਖਾਸ ਤੌਰ 'ਤੇ ਪਸੰਦ ਕਰਦੇ ਨੇ। ਅੱਜ ਇੱਕ ਵਾਰ ਫਿਰ ਮੈਂ ਤਕਰੀਬਨ ਕਾਫੀ ਅਰਸੇ ਬਾਅਦ ਅੱਜ ਯਾਦ ਕਰਾਂਗੇ ਸੁਨਹਿਰੀ ਯਾਦਾਂ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸੁਨਹਿਰੀ ਸਫ਼ਰ ਕਹਿ ਦਿੰਦੇ ਹਾਂ, ਉਹ ਅੱਜ ਕਰਾਂਗੇ ਦੀਦਾਰ ਸੰਧੂ ਸਾਹਿਬ ਦੀ ਗੱਲ ਇੱਕ ਵਾਰ ਫਿਰ। ਉਹਦਾ ਕਾਰਨ ਵੀ ਜਿਵੇਂ 3 ਜੁਲਾਈ 1942 ਨੂੰ ਸਰਗੋਧਾ ਪਾਕਿਸਤਾਨ ਚੱਕ ਨੰਬਰ 133 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ, ਤਾਂ ਆਪਾਂ ਮੇਰਾ ਖਿਆਲ ਸ਼ਾਇਦ ਪਿਛਲੇ ਸਾਲ ਜੁਲਾਈ ਦੇ ਵਿੱਚ ਉਹਨਾਂ ਦੀ ਗੱਲਬਾਤ ਕੀਤੀ ਸੀ, ਪਰ ਡੈਥ ਐਨੀਵਰਸਰੀ ਜਿਹੜੀ ਉਹਨਾਂ ਦੀ ਹੈਗੀ ਆ ਉਹ 16 ਫਰਵਰੀ 1991 ਨੂੰ ਡੈਥ ਹੋਈ ਸੀਗੀ ਲੁਧਿਆਣਾ ਦੇ DMC ਹਸਪਤਾਲ ਦੇ ਵਿੱਚ। ਸੋ ਇਹ ਜਿਹੜੇ ਹੈਗੇ ਨੇ ਭੈਰੋਵਾਲ ਖੁਰਦ ਤਕਰੀਬਨ ਰਹੇ ਨੇ, ਆਪਣਾ ਬਾਅਦ ਦੇ ਵਿੱਚ ਮੇਰੇ ਖਿਆਲ ਬੱਦੋਵਾਲ ਚੱਲ ਗਏ ਸੀਗੇ। ਸੋ ਕਾਫੀ ਇਹਨਾਂ ਦੀ ਗੱਲਬਾਤ ਆਪਾਂ ਪਹਿਲਾਂ ਕੀਤੀ ਵੀ ਹੈ ਅਤੇ ਅੱਜ ਵੀ ਨਾਲ ਨਾਲ ਥੋੜ੍ਹੀ ਬਹੁਤ ਕਰਨ ਦੀ ਕੋਸ਼ਿਸ਼ ਕਰਾਂਗੇ। 15 ਸਾਲ ਭਰੋਵਾਲ ਦੇ ਸਰਪੰਚ ਦੀਦਾਰ ਸੰਧੂ ਸਾਹਿਬ ਰਹੇ ਨੇ, ਕਹਿੰਦੇ 35 ਸਾਲ ਪਿੰਡ ਸੰਮਤੀ ਨਾਲ ਸਰਪੰਚੀ ਕਰ ਗਿਆ ਨਹੀਂ ਹੈ ਜੀ, ਉਹ ਗੱਲ ਹੈ 15 ਸਾਲ ਨੇ ਸਰਪੰਚੀ ਕੀਤੀ ਹੈ, ਔਰ ਮੋਸਟਲੀ ਸਰਬਸੰਮਤੀ ਦੇ ਨਾਲ ਹੀ ਸਰਪੰਚ ਚੁਣੇ ਜਾਂਦੇ ਸੀਗੇ। ਪਹਿਲਾਂ ਇਹਨਾਂ ਦੇ ਵਿੱਚ ਲਿਖਣ ਦੀ ਕਲਾ ਜਿਹੜੀ ਸੀ ਉਹ ਸਾਹਮਣੇ ਆਈ ਸੀਗੀ। ਲਿਖਣ ਦੀ ਕਲਾ ਦੀ ਗੱਲ ਕਰੀਏ ਤਾਂ ਪਹਿਲਾ ਗੀਤ ਜਿਹੜਾ ਇਹਨਾਂ ਨੇ 1962 ਦੇ ਵਿੱਚ ਲਿਖਿਆ ਸੀਗਾ, ਜੱਟ ਬੜਾ ਬੇਦਰਦੀ ਅਤੇ ਨਰਿੰਦਰ ਬੀਬਾ ਨੇ ਉਹ ਗੀਤ ਗਾਇਆ ਸੀਗਾ। ਪੰਜਾਬ ਗੌਰਮੈਂਟ ਦੀ ਨੌਕਰੀ ਕਰਦੇ ਸੀ, ਲੋਕ ਸੰਪਰਕ ਵਿਭਾਗ ਦੇ ਵਿੱਚ ਜੋਬ ਕਰਦੇ ਸੀ, ਉਸ ਤੋਂ ਬਾਅਦ ਮੁਹੰਮਦ ਸਦੀਕ ਨੂੰ ਮਿਲੇ ਜਦੋਂ, ਤਾਂ ਫਿਰ ਇਹਨਾਂ ਨੇ 1960 ਦੇ ਵਿੱਚ ਸਦੀਕ ਸਾਹਿਬ ਸਟੇਜ 'ਤੇ ਡਰਾਮੇ ਕਰਦੇ ਸੀ ਤਾਂ ਉਹਨਾਂ ਦੇ ਨਾਲ ਇਹਨਾਂ ਨੇ ਜਾਣਾ ਸ਼ੁਰੂ ਕੀਤਾ।
ਸੋ ਇਹਨਾਂ ਦੇ ਕੁਛ ਗੀਤ ਜਿਹੜੇ ਨੇ ਬੜੇ ਮਸ਼ਹੂਰ ਹੋਏ ਨੇ, ਫਾਟਕ ਕੋਟ ਕਪੂਰੇ ਦਾ, ਬੰਦ ਪਿਆ ਦਰਵਾਜ਼ਾ, ਜਿਉਂ ਫਾਟਕ ਕੋਟ ਕਪੂਰੇ ਦਾ, ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਯਾਦ ਹੋਏਗਾ ਕੋਟ ਕਪੂਰੇ ਦਾ ਫਾਟਕ। ਜੇ ਤੁਸੀਂ 100 ਵਾਰ ਉੱਥੋਂ ਲੰਘੇਗੇ ਤਾਂ ਮੇਰੇ ਖਿਆਲ ਇੱਕ ਵਾਰੀ ਵੀ, ਸ਼ਾਇਦ ਇੱਕ ਵਾਰੀ ਵੀ ਜੇ ਖੁੱਲ੍ਹਾ ਉਹ ਮਿਲ ਜਾਂਦਾ ਸੀਗਾ ਤਾਂ ਇਹਦਾ ਮਤਲਬ ਇਹ ਸੀ ਵੀ ਲੈ ਵੀ ਅੱਜ ਫਾਟਕ ਖੁੱਲ੍ਹਾ ਮਿਲ ਗਿਆ। ਸੋ ਉਹਦੇ 'ਤੇ ਫਿਰ ਗਾਣੇ ਬਣੇ ਸੀਗੇ। ਹੁਣ ਤਾਂ ਅੱਜ ਕੱਲ੍ਹ ਫਾਟਕਾਂ ਫੂਟਕਾਂ ਦਾ ਕੰਮ ਜਿਹੜਾ ਘੱਟ ਗਿਆ, ਸਾਰੇ ਉੱਪਰ ਦੀ ਪੁਲ ਬਣ ਗਏ ਨੇ। ਪਰ ਮੈਂ ਜਿਹੜਾ ਤੁਹਾਡੇ ਨਾਲ ਗਾਣਾ ਪਹਿਲਾਂ ਸਾਂਝਾ ਕਰਨਾ ਚਾਹੁੰਦਾ, ਇਹ ਵੀ ਗਾਣਾ ਫਾਟਕ ਕੋਟ ਕਪੂਰ ਦਾ ਬੜਾ ਮਸ਼ਹੂਰ ਸੀ ਜੋੜੀ ਜਦੋਂ ਜਵਾਰੇ ਚੜ੍ਹਦੀ। ਇੱਕ ਹੋਰ ਬੜਾ ਵਧੀਆ ਉਹਨਾਂ ਦਾ ਗੀਤ ਸੀ, ਨਾ ਮਾਰ ਜ਼ਾਲਮਾਂ ਵੇ ਪੇਕੇ ਤੱਤੜੀ ਦੇ ਦੂਰ। ਸੋ ਪਹਿਲਾਂ ਮੈਂ ਤੁਹਾਡੇ ਨਾਲ ਘੱਗਰੇ ਦੀ ਵੇ ਲਾਉਣ ਭਿੱਜ ਗਈ, ਇਹ ਵੀ ਗੀਤ ਬੜਾ ਮਸ਼ਹੂਰ ਹੋਇਆ ਸੀਗਾ। ਪਹਿਲਾਂ ਇਹ ਗੀਤ ਤੁਹਾਡੇ ਨਾਲ ਸਾਂਝੇ ਕਰਦੇ ਹਾਂ, ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਹੋਰ ਇੱਕ ਦੋ ਗੀਤ ਵੀ ਸਾਂਝੇ ਕਰਨ ਦੇ। ਫਿਲਹਾਲ ਸੁਣੋ ਘੱਗਰੇ ਦੀ ਵੇ ਲਾਉਣ ਭਿੱਜ ਗਈ। ਘੱਗਰੇ ਦੀ ਵੇ ਲਾਉਣ ਭਿੱਜ ਗਈ, ਮੈਂ ਦੱਸ ਦਿੰਦਾ ਸਾਡੇ ਦਰਸ਼ਕਾਂ ਨੂੰ ਕਿ ਬੀਬੀ ਸੁਸ਼ਮਾ ਨੇ ਇਹਨਾਂ ਦੇ ਨਾਲ ਗੀਤ ਗਾਇਆ। ਔਰ ਇਹਨਾਂ ਦੇ ਲਿਖੇ ਗੀਤ ਜੇ ਗੱਲ ਕਰੀਏ ਤਾਂ ਲਿਖੇ ਗੀਤ ਤਕਰੀਬਨ ਹਰ ਇੱਕ ਗਾਇਕ ਕਲਾਕਾਰ ਨੇ ਇਹਨਾਂ ਦੇ ਗੀਤ ਗਾਏ ਨੇ। ਜਿਨ੍ਹਾਂ ਦੀ ਅਸੀਂ ਗੱਲ ਕਰੀਏ, ਸੁਰਿੰਦਰ ਕੌਰ ਅਤੇ ਅਮਰ ਨੂਰੀ ਨਾਲ ਵੀ ਇਹਨਾਂ ਦੇ ਜਿਹੜੇ ਡਿਊਟ ਆਏ ਨੇ, ਅਤੇ ਉਹਦਾ ਮੁਹੰਮਦ ਸਦੀਕ ਨੇ, ਰਣਜੀਤ ਕੌਰ ਨੇ, ਨਰਿੰਦਰ ਬੀਬਾ ਅਤੇ ਵੀਰ ਚੰਦ ਨੇ ਇਹਨਾਂ ਦੇ ਗੀਤ ਗਾਏ ਨੇ। ਸੁਰਿੰਦਰ ਕੌਰ ਅਤੇ ਰਮੇਸ਼ ਰੰਗੀਲਾ, ਸੁਰਿੰਦਰ ਕੌਰ ਅਤੇ ਸਾਬਰ ਹੁਸੈਨ, ਸੁਦੇਸ਼ ਕਪੂਰ ਅਤੇ ਸੁਰਿੰਦਰ ਕੌਰ, ਪਰੋਮਲਾ ਪੰਮੀ, ਰਮੇਸ਼ ਰੰਗੀਲਾ, ਕਰਨੈਲ ਗਿੱਲ ਨੇ, ਸਵਰਨਲਤਾ, ਇਹਨਾਂ ਨੇ ਕਾਫੀ ਜਿਹੜੇ ਇਹਨਾਂ ਦੇ ਗੀਤ ਗਾਏ ਆ। ਅਤੇ ਆਪ ਇਹਨਾਂ ਦਾ ਪਹਿਲਾ ਗਾਣਾ ਆਇਆ ਸੀਗਾ ਜਿਹੜਾ, ਉਹ ਸੀ ਪਿੰਡ ਦੇ ਮੁੰਡਿਆਂ ਨੂੰ ਸਾਨੂੰ ਵੇਖ ਨੀਂਦ ਨਾ ਆਵੇ ਸਨੇਹ ਲਤਾ ਦੇ ਨਾਲ, ਇਹਨਾਂ ਦਾ ਪਹਿਲਾ ਗੀਤ ਰਿਕਾਰਡ ਜਿਹੜਾ ਹੋਇਆ ਸੀਗਾ। ਉਸ ਤੋਂ ਬਾਅਦ ਫਿਰ ਜਿਵੇਂ ਕਹਿੰਦੇ ਹੁੰਦੇ ਆ ਵੀ ਚੱਲ ਸੋ ਚੱਲ ਐਸੀ ਹੋਈ, ਅਤੇ ਇਹਨਾਂ ਦੇ ਬਹੁਤ ਸਾਰੇ ਗਾਣੇ ਸੁਪਰ ਡੁਪਰ ਹਿੱਟ ਹੋਏ, ਜਿਨ੍ਹਾਂ 'ਚ ਮੇਰਾ ਜੋਬਨ ਪੀਤਾ ਕਈਆਂ ਨੇ, ਪਰ ਮੈਂ ਪੂਰੀ ਦੀ ਪੂਰੀ, ਇੱਕ ਸ਼ਰਾਬ ਦੀ ਜਿਹੜੀ ਗੱਲ ਹੈ ਉਹਦੀ ਗੱਲ ਕੀਤੀ ਗਈ ਸੀ, ਉਹਦੇ ਔਗਣ ਜਿਹੜੇ ਆ ਉਹ ਦੱਸੇ ਗਏ ਸੀਗੇ ਵੀ ਮੈਂ ਫਿਰ ਉੱਦਾਂ ਦੀ ਉੱਦਾਂ ਹੀ ਹਾਂ, ਮੈਂ ਕਈ ਤਬਾਹ ਕਰਤੇ ਹੈਗੇ ਆ। ਇਸ ਤੋਂ ਇਲਾਵਾ ਮੇਰੀ ਮਾਹੀ ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈ, ਨਾ ਕਰ ਮੈਨੂੰ ਪਿਆਰ ਜਲ ਅਤੇ ਫੁੱਲ ਤਰਦਾ, ਜ਼ਰਾ ਛੇਤੀ ਕੰਮ ਨਿਬੇੜ ਮਾਂ ਮੈਂ ਸੌਣਾ ਨਹੀਂ। ਅਨੇਕਾਂ ਗੀਤ ਆਏ ਨੇ, ਅਨੇਕਾਂ ਗੀਤ ਜਿਹੜੇ ਫਿਰ ਇਹਨਾਂ ਨੇ ਅਮਰ ਨੂਰੀ ਅਤੇ ਸੁਰਿੰਦਰ ਕੌਰ ਦੇ ਨਾਲ ਵੀ ਗਾਏ ਸੀ। ਅਖਾੜਾ ਇੱਕ ਇਹਨਾਂ ਦਾ ਆਇਆ ਸੀ ਗੱਭਰੂ ਪੰਜਾਬ ਦਾ, ਬਾਹਲੀ ਪੁਰਾਣੀ ਗੱਲ ਨਹੀਂ ਹੈ, 1991 ਹਜੇ ਇਹਨੂੰ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਹੁੰਦੀ ਹੈ। ਅਤੇ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਨੇ ਇਹਨਾਂ ਨੂੰ ਦੇਖਿਆ ਵੀ ਹੋਏਗਾ, ਸੁਣਿਆ ਵੀ ਹੋਏਗਾ, ਇਹਨਾਂ ਦੀ ਕੋਈ ਨਾ ਕੋਈ ਯਾਦ ਵੀ ਸਾਂਝਾ ਹੋਏਗੀ, ਕਿਉਂਕਿ ਲੁਧਿਆਣੇ ਨੇੜੇ ਤਕਰੀਬਨ ਰਹੇ ਨੇ, ਭਰੋਵਾਲ ਬੱਦੋਵਾਲ ਪਿੰਡ ਜਿਹੜੇ ਹੈਗੇ ਨੇ ਇਹ ਲੁਧਿਆਣੇ ਦੇ ਨੇੜੇ ਹੀ ਪੈਂਦੇ ਨੇ। ਅਤੇ ਆਪਣੀ ਗੱਲ ਕਰੀਏ ਇੱਧਰਲੇ ਮੁਲਕ ਹੈ ਸਾਰਾ ਪੰਜਾਬ ਜਿਹੜਾ ਹੈਗਾ, ਜ਼ਰੂਰ ਉਹਨਾਂ ਦਾ ਕਿਤੇ ਅਖਾੜਾ ਵਗੈਰਾ ਵੀ ਦੇਖਿਆ ਹੋਊ, ਇੱਕ ਵੱਖਰੀ ਆਵਾਜ਼ ਦੀ ਵੱਖਰੀ ਟੋਨ, ਉੱਚਾ ਲੰਮਾ ਕੱਦ, ਸੋਹਣਾ ਸੁਨੱਖਾ ਗੱਭਰੂ ਸੀ ਆਪਣੇ ਸਮੇਂ ਦੇ ਵਿੱਚ, ਦੀਦਾਰ ਸੰਧੂ। ਅਤੇ ਅੱਜ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਗੱਲਬਾਤ ਕਰਦੇ ਹਾਂ। ਅਗਲਾ ਗੀਤ ਜਿਹੜਾ ਹੈਗਾ, ਜੋੜੀ ਜਦੋਂ ਚੁਬਾਰੇ ਚੜ੍ਹਦੀ ਸਾਨੂੰ ਵੇਖ ਗਵਾਂਢਣ ਸੜਦੀ ਹੈ, ਤਾਂ ਥੋੜ੍ਹਾ ਜਿਹਾ ਝਟਪਟਾ ਜਿਹਾ ਗੀਤ ਹੈ। ਚਲੋ ਖੈਰ ਦੇਖੋ ਜੀ ਅਤੇ ਆਨੰਦ ਮਾਣੋ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਫਿਰ ਗੱਲਬਾਤ ਕਰਨ ਵਾਸਤੇ ਤੁਹਾਡੇ ਨਾਲ, ਅਤੇ ਨਾਲ ਦੇ ਨਾਲ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਜਿਹੜਾ ਉਹ ਆਪਾਂ ਸ਼ੁਰੂ ਕਰਾਂਗੇ। ਕਾਲਾਂ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਹੈ, ਇਹ ਹੁੰਦਾ ਕੋਈ ਵੀ ਆਪਣੇ ਦਿਲ ਦੀ ਗੱਲ ਜਿਹੜੀ ਹੈ, ਦਿਲ ਦੇ ਵਲਵਲੇ ਆ, ਉਹ ਲੱਖਾਂ ਪੰਜਾਬੀਆਂ ਦੇ ਨਾਲ ਸਾਂਝੇ ਆਪਾਂ ਕਰ ਸਕਦੇ ਹੁੰਦੇ। ਅੱਜ ਕਿਸੇ ਨੂੰ ਲਿਖਣ ਦਾ ਸ਼ੌਕ ਆ, ਕਿਸੇ ਨੂੰ ਗਾਉਣ ਦਾ ਸ਼ੌਕ ਆ, ਕਿਸੇ ਨੂੰ ਸੁਣਨ ਦਾ ਸ਼ੌਕ ਆ, ਕਿਸੇ ਨੂੰ ਸੁਣਾਉਣ ਦਾ ਸ਼ੌਕ ਹੈ। ਸੋ ਸ਼ੌਕ ਜਿਹੜੇ ਹੈਗੇ ਨੇ ਉਹ ਆਪਾਂ ਅੱਜ ਦੇ ਦਿਨ ਪੂਰੇ ਕਰੀਦੇ ਆ, ਬਾਕੀ ਦਿਨ ਕੋਈ ਨਾ ਕੋਈ ਵਿਸ਼ਾ ਰੱਖ ਕੇ ਉਹਦੇ 'ਤੇ ਗੱਲਬਾਤ ਕਰੀਦੀ ਹੈ। ਸੋ ਅੱਜ ਵਿਸ਼ਾ ਖੁੱਲ੍ਹਾ ਹੁੰਦਾ, ਪਰ ਫਿਰ ਵੀ ਨਾਲ ਦੇ ਨਾਲ ਕੋਸ਼ਿਸ਼ ਕਰੀਦੀ ਹੈ ਕੋਈ ਨਾ ਕੋਈ ਐਸੀ ਗੱਲਬਾਤ ਵੀ ਕਰੀਏ, ਕਿਉਂਕਿ ਲਿਖਣ ਗਾਉਣ ਦਾ ਸ਼ੌਕ ਸਭ ਨੂੰ ਨਹੀਂ ਹੁੰਦਾ। ਕੁਛ ਇੱਕ ਲੋਕ ਤਾਂ ਜਿਹੜੇ ਹੈਗੇ ਨੇ ਉਹ ਆਪਣੀ ਗੱਲ ਵੈਸੇ ਕਰਨੀ ਚਾਹੁੰਦੇ ਨੇ, ਕੋਈ ਨਾ ਕੋਈ ਵਿਸ਼ਾ ਹੋਵੇ ਤਾਂ ਬਹੁਤ ਜ਼ਿਆਦਾ ਹੁੰਗਾਰਾ ਦਿੰਦੇ ਨੇ। ਵਿਸ਼ੇ ਦੀ ਆਪਾਂ ਗੱਲ ਕਰੀਏ ਤਾਂ ਸੰਗੀਤ ਦੀ ਹਮੇਸ਼ਾ ਆਪਾਂ ਗੱਲ ਕਰੀਦੀ ਆ, ਅੱਜ ਦਿਨ ਮਨੋਰੰਜਨ ਦੀ ਗੱਲ ਕਰੀਦੀ ਹੈ। ਇੰਟਰਟੇਨਮੈਂਟ ਦੀ ਗੱਲ ਕਰੀਦੀ ਤਾਂ ਇੰਟਰਟੇਨਮੈਂਟ ਦੀ ਅਗਰ ਗੱਲ ਕਰੀਏ ਤਾਂ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਸਾਡਾ ਪਹਿਲਾਂ ਨਾਲੋਂ, ਇਹ ਆਪਾਂ ਨੂੰ ਪਤਾ ਹੈ। ਪਹਿਲਾਂ ਇੰਟਰਟੇਨਮੈਂਟ TV ਰੇਡੀਓ ਤੋਂ ਵੀ ਪਹਿਲਾਂ ਕੋਈ ਸਾਧਨ ਜਿਹੜਾ ਹੁੰਦਾ ਸੀ ਤਾਂ ਉਹ ਪਿੰਡਾਂ ਦੀਆਂ ਖੇਡਾਂ ਜਿਹੜੀਆਂ ਹੁੰਦੀਆਂ ਸੀਗੀਆਂ, ਖਿੱਦੋ ਖੁੰਡੀ, ਜੰਡ ਪਲੰਗਾ ਅਤੇ ਹੋਰ ਲੀਰਾਂ ਦੀ ਗੇਂਦ ਬਣਾ ਕੇ ਵੀ ਖੇਡਦੇ ਰਹੇ ਸਕੂਲ ਦੇ ਵਿੱਚ, ਨਿੱਕੇ ਨਿੱਕੇ ਟਾਇਰ ਦੇ ਰਿਮ, ਜਿਹੜਾ ਉਹੀ ਸਭ ਤੋਂ ਵੱਡੀ ਗੇਮ ਹੁੰਦੀ ਸੀਗੀ। ਟਾਇਰ ਨੂੰ ਨਾਲ ਉਹਦੇ ਰੇੜੀ ਜਾਣਾ ਜਾਂ ਰਿਮ ਨੂੰ ਰੇੜੀ ਜਾਣਾ, ਤਾਂ ਉਹ ਇੱਕ ਵੱਖਰੀ ਤਰ੍ਹਾਂ ਦਾ ਨਜ਼ਾਰਾ ਹੁੰਦਾ ਸੀਗਾ। ਪਰ ਅਗਰ ਅਸੀਂ ਗੱਲ ਕਰੀਏ ਤਾਂ ਮੇਰੇ ਹਿਸਾਬ ਦੇ ਨਾਲ ਉਹ ਗੇਮਾਂ ਜਿਹੜੀਆਂ ਸੀ ਉਹ ਜ਼ਿਆਦਾ ਵਧੀਆ ਸੀ, ਉਹ ਮਨੋਰੰਜਨ ਦੇ ਸਾਧਨ ਜ਼ਿਆਦਾ ਵਧੀਆ ਸੀਗੇ। ਉਹਦੇ ਨਾਲ ਘੱਟੋ ਘੱਟ ਸਰੀਰ ਦੀ ਐਕਸਰਸਾਈਜ਼ ਤਾਂ ਹੋ ਜਾਂਦੀ ਸੀ,
ਹੁਣ ਤਾਂ ਇਹ ਹਾਲ ਹੈ ਵੀ ਐਕਸਰਸਾਈਜ਼ ਦਾ ਨਾਮ ਹੀ ਨਹੀਂ ਹੈਗਾ, ਜਮਾ ਹੀ ਭੂਰਾ ਐਕਸਰਸਾਈਜ਼, ਭੂਰਾ ਸਰੀਰ ਹਿਲਾ ਕੇ, ਰਿਮੋਟ ਆ ਗਏ ਸਾਰੇ, ਪੱਖਾ ਬੰਦ ਕਰਨਾ, ਹੌਲੀ ਕਰਨਾ, ਤੇਜ਼ ਕਰਨਾ, ਉਹ ਉੱਥੇ ਬੈਠੇ ਕਰ ਲਓ, ਏਸੀ ਕਰਨਾ ਉੱਪਰ ਥੱਲੇ ਉਹ ਉੱਥੇ ਬੈਠੇ ਕਰ ਲਓ, ਕੋਈ ਹੋਰ ਕੰਮ ਜਿਹੜਾ ਹੈਗਾ ਸਾਰੇ ਰਿਮੋਟ ਆ ਗਏ। ਪਹਿਲਾਂ ਜਦੋਂ ਰਿਮੋਟ ਨਹੀਂ ਸੀ ਹੁੰਦੇ ਤਾਂ ਘੱਟੋ ਘੱਟ ਬੰਦਾ ਉੱਠ ਕੇ ਚੈਨਲ ਬਦਲਦਾ ਸੀ, ਉੱਠ ਕੇ ਆਵਾਜ਼ ਵੱਧ ਘੱਟ ਕਰਦਾ ਸੀ, ਤਾਂ ਉਹ ਵੀ ਥੋੜ੍ਹਾ ਬਹੁਤ ਫੇਰਾ ਤੋਰਾ ਹੋ ਜਾਂਦਾ ਸੀਗਾ। ਗੇਮਾਂ ਦੀ ਗੱਲ, ਗੇਮਾਂ ਜਿਹੜੀਆਂ ਅਕਸਰ ਖੇਡਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਮਨੋਰੰਜਨ ਵਾਸਤੇ, ਉਹ ਗੇਮਾਂ ਅੱਜ ਤਾਂ ਖੈਰ ਲਾਪਤਾ ਹੋ ਗਈਆਂ, ਪਰ ਅੱਜ ਕੱਲ੍ਹ ਦੇ ਨਿਆਣੇ ਵੀ ਬਹੁਤ ਗੇਮਾਂ ਖੇਡਦੇ ਆ, ਬਹੁਤ ਜ਼ਿਆਦਾ, ਨਿਆਣੇ ਕੀ ਵੱਡੇ ਵੱਡੇ ਵੀ ਬਹੁਤ ਗੇਮਾਂ ਖੇਡਦੇ ਨੇ, ਬਹੁਤ ਗੇਮਾਂ। ਇੱਕ ਤਾਂ ਗੇਮਾਂ ਦੂਜੀਆਂ ਹੁੰਦੀਆਂ ਵਾ, ਕਿਸੇ ਨੂੰ ਥੱਲੇ ਲਾਉਣਾ, ਉਹ ਗੇਮਾਂ ਤਾਂ ਚੱਲਦੀਆਂ ਚੱਲਦੀਆਂ, ਉਹ ਲੀਡਰਾਂ ਕੋਲ ਹੁੰਦੀਆਂ ਜ਼ਿਆਦਾ। ਪਰ ਜੇ ਅਸੀਂ ਵੈਸੇ ਗੇਮਾਂ ਦੀ ਗੱਲ ਕਰੀਏ, ਖੇਡਾਂ ਦੀ ਗੱਲ ਕਰੀਏ, ਤਾਂ ਅੱਜ ਕੱਲ੍ਹ ਵੀ ਬਹੁਤ ਲੋਕੀ ਖੇਡਦੇ ਨੇ, ਹੈਗੇ ਨੇ। ਕੋਈ ਵੱਡਿਆਂ ਦੀ ਗੱਲ ਕਰੀਏ ਤਾਂ ਵੱਡੇ ਵੀ ਫੋਨ 'ਤੇ ਗੇਮਾਂ ਖੇਡਦੇ ਰਹਿੰਦੇ ਨੇ, ਅਤੇ ਉਹ ਕੋਈ ਜਨਾਨੀ ਥੋੜ੍ਹੀ ਜਿਹੀ ਮੋਟੀ ਸੀਗੀ, ਅਤੇ ਉਹ ਡਾਕਟਰ ਕੋਲ ਗਈ, ਮੇਰਾ ਮੋਟਾਪਾ ਨਹੀਂ ਘੱਟਦਾ ਡਾਕਟਰ ਸਾਹਿਬ, ਕੋਈ ਹੱਲ ਦੱਸੋ। ਅਤੇ ਉਹ ਡਾਕਟਰ ਸਾਹਿਬ ਕਹਿੰਦੇ ਵੀ ਤੁਸੀਂ ਖੇਡਿਆ ਕਰੋ, ਗੇਮਾਂ ਖੇਡਿਆ ਕਰੋ, ਤਾਂ ਉਹਨਾਂ ਤੁਹਾਡਾ ਮੋਟਾਪਾ ਖੇਡ ਘਟੂਗਾ। ਉਹ 2-3 ਮਹੀਨੇ ਬਾਅਦ ਫੇ ਆ ਗਈ, 2-3 ਮਹੀਨੇ ਬਾਅਦ ਵੀ ਡਾਕਟਰ ਸਾਹਿਬ ਫਰਕ ਪਿਆ ਨਹੀਂ, ਕਹਿੰਦੇ ਵੀ ਪਿਆ ਨਹੀਂ ਫਰਕ, ਅਤੇ ਤੁਸੀਂ ਗੇਮਾਂ ਗੁੰਮਾਂ ਖੇਡਦੇ? ਕਹਿੰਦੇ ਜੀ ਹਾਂਜੀ, ਮੈਂ ਰੋਜ਼ ਗੇਮਾਂ ਖੇਡਦਾ, ਬਹੁਤ 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 ਗੇਮਾਂ ਖੇਡਦੀ ਹਾਂ। ਅਤੇ ਅੱਛਾ, ਉਹ ਕਹਿੰਦਾ ਵੀ ਕਿੰਨੀ ਕਿਹੜੀ ਗੇਮ ਖੇਡਦੇ ਹੋ? ਉਹ ਕਹਿੰਦੀ ਸਾਰੇ, ਮੈਂ ਭਾਈ ਦੀ ਵੀ, ਮੈਂ ਦੂਸਰੀ ਆਹ ਕਈ ਵਾਰੀ ਫੁੱਟਬਾਲ ਵੀ ਖੇਡ ਲੈਂਦੀ ਹਾਂ, ਮੈਂ ਹਾਕੀ ਵੀ ਖੇਡ ਲੈਂਦੀ। ਉਹ ਕਹਿੰਦੇ ਵੀ ਠੀਕ, ਕਮਾਲ ਦੀ ਗੱਲ ਹੈ, ਫਿਰ ਤਾਂ ਕੱਟਣਾ ਚਾਹੀਦਾ ਹੀ ਭਾਰ। ਅਤੇ ਉਹ ਕਹਿੰਦੇ ਬੀਬੀ ਕਿੰਨੀ ਕੁ ਦੇਰ ਖੇਡਦੀ ਗੇਮ ਇਹ? ਉਹ ਕਹਿੰਦੀ ਵੀ ਜਿੰਨੀ ਦੇਰ ਮੋਬਾਈਲ ਦੀ ਬੈਟਰੀ ਨਾ ਡਾਊਨ ਹੋ ਜਾਏ। ਸੋ ਅੱਜ ਕੱਲ੍ਹ ਖੇਡਾਂ ਦਾ ਇਹ ਹੋ ਗਿਆ, ਮਨੋਰੰਜਨ ਦੇ ਸਾਧਨ ਜਿਹੜੇ ਨੇ ਪਹਿਲਾਂ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਪਹਿਲਾਂ ਜਿਹੜੇ ਹੈਗੇ ਸੀਗੇ ਟੀ ਵੀ ਜਦੋਂ ਆਏ ਘਰਾਂ ਦੇ ਵਿੱਚ, ਉਹ ਵੀ ਨਜ਼ਾਰਾ ਤੁਹਾਡੀਆਂ ਅੱਖਾਂ ਸਾਹਮਣੇ ਘੁੰਮਦਾ ਹੋਏਗਾ, ਜਿਹੜੇ ਨਿਆਣੇ ਬੱਚੇ ਪ੍ਰੋਗਰਾਮ ਦੇਖਦੇ ਨੇ ਜਾਂ ਜਵਾਨ ਮੁੰਡੇ ਕੁੜੀਆਂ ਦੇਖਦੇ ਨੇ, ਯੰਗ ਜਿਹੜੇ ਹੈਗੇ ਨੇ ਉਹਨਾਂ ਦੀ ਜਾਣਕਾਰੀ ਵਾਸਤੇ ਮੈਂ ਦੱਸ ਦੇਵਾਂ ਵੀ ਉਹ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਸੀ। ਅੱਜ ਐਂਟਰਟੇਨਮੈਂਟ ਦੇ ਇੰਨੇ ਲੱਖਾਂ ਕਰੋੜਾਂ ਸਾਧਨ ਆ ਗਏ, ਫੋਨ ਦੇ ਵਿੱਚ ਸਾਰਾ ਕੁਛ ਆ ਗਿਆ, ਬੰਦਾ ਦੇਖਦਾ 24 ਘੰਟੇ ਬਿਜ਼ੀ ਰਹਿੰਦਾ, ਪਰ ਜਿਹੜਾ ਉਦੋਂ ਉਹ ਨਜ਼ਾਰਾ ਹੁੰਦਾ ਸੀਗਾ ਪਿੰਡਾਂ ਦੇ ਵਿੱਚ, ਉਹ ਨਜ਼ਾਰਾ ਲੱਭਣਾ ਨਹੀਂ। ਹਾਲਾਂਕਿ ਹੁਣ ਸਾਨੂੰ ਸੁੱਖ ਸਹੂਲਤਾਂ ਬਹੁਤ ਹੋ ਗਈਆਂ, ਸੁੱਖ ਸਹੂਲਤਾਂ ਇੰਨੀਆਂ ਹੋ ਗਈਆਂ ਜਿਹਦਾ ਹਿਸਾਬ ਕੋਈ ਨਹੀਂ, ਐਂਟਰਟੇਨਮੈਂਟ ਇੰਨਾ ਹੋ ਗਿਆ ਜਿਹਦਾ ਹਿਸਾਬ ਕੋਈ ਨਹੀਂ। ਹੁਣ ਤਾਂ ਇਹ ਹਿਸਾਬ ਲਾ ਲਓ ਵੀ ਆਹ ਚੈਨਲ ਜੇ ਕਿਸੇ ਵੀ ਡਿਸ਼ 'ਤੇ ਦੇਖ ਲਓ, ਕਿਤੇ ਦੇਖ ਲਓ, ਤਾਂ ਪਹਿਲਾਂ ਮਤਲਬ 1.5 ਘੰਟਾ ਲੱਗ ਜਾਂਦਾ ਦੇਖਣ ਨੂੰ ਵੀ ਕਿੰਨੇ ਕੁ ਚੈਨਲ ਹੈਗੇ, ਕਿੰਨੇ ਕੁ ਨਹੀਂ ਹੈਗੇ। ਡਿਸ਼ ਦੀ ਗੱਲ ਛੱਡੋ, ਜਿਹੜੀਆਂ ਡੱਬੀਆਂ ਜੀਆਂ ਲਵਾਈਆਂ ਉਹਦੇ ਵਿੱਚ ਅਗਰ ਨਜ਼ਰ ਮਾਰੀਏ ਤਾਂ ਉਹਦੇ ਵਿੱਚ ਇੰਨੇ ਕੁ ਚੈਨਲ ਨੇ ਜਿਹਦੇ ਵਿੱਚ ਮੈਂ ਕਹਿੰਦਾ 700-800 ਤਾਂ ਪੰਜਾਬੀ ਚੈਨਲ ਹੀ ਹੋਣਾ। ਉਹ ਵੱਖਰੀ ਗੱਲ ਹੈ ਵੀ ਉਹਨਾਂ 'ਤੇ ਆਉਂਦਾ ਕੁਛ ਨਹੀਂ, ਊਂ ਟਾਈਮ ਪਾਸ ਜਿਹੜਾ ਹੈਗਾ ਇੰਟਰਨੈਟ 'ਤੇ ਉਹ ਕਰੀ ਜਾਂਦੇ ਨੇ, ਅਤੇ ਬਾਕੀ ਜਿਹੜੇ ਮੇਨ ਚੈਨਲ ਹੈਗੇ, ਜੇ ਜਸ ਪੰਜਾਬੀ ਦੀ ਗੱਲ ਕਰੀਏ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਆਪਣੀ 13ਵੀਂ ਐਨਵਰਸਰੀ ਜਿਹੜੀ ਹੈਗੀ ਆ ਉਹ ਵੀ ਆ ਗਈ ਹੈ, ਅਤੇ ਨਾਲ ਨਾਲ ਸਟੂਡੀਓ ਦੀ ਓਪਨਿੰਗ ਵੀ ਹੈਗੀ ਹੈ। ਅਤੇ ਜਸ ਪੰਜਾਬੀ ਸਾਡੇ ਸਾਰੇ ਦਰਸ਼ਕਾਂ ਨੂੰ ਪਤਾ ਵੀ ਅਮੈਰੀਕਾ ਦਾ ਪਹਿਲਾ ਚੈਨਲ ਹੈਗਾ, ਇਹ ਅਮੈਰੀਕਾ ਦਾ ਚੈਨਲ ਹੈ, ਅਤੇ ਅਮੈਰੀਕਾ ਦੇ ਪੰਜਾਬੀ ਜਿਹੜੇ ਨੇ ਖਾਸ ਤੌਰ 'ਤੇ, ਕੁਛ ਕਨੇਡਾ ਦੇ ਲਾ ਲਓ, ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਚੱਲਦਾ, ਸ਼ੁਰੂ ਤੋਂ ਚੱਲਦਾ ਆ, 13 ਸਾਲ ਹੋ ਗਏ ਆ। ਔਰ ਦੂਜੀ ਗੱਲ ਇਹ ਹੈ ਵੀ ਕਈ ਵਾਰੀ ਬੰਦੇ ਕੋਈ ਗਲਤ ਫਹਿਮੀ ਫੈਲਾਉਣ ਦੀ ਕੋਸ਼ਿਸ਼ ਕਰਦੇ ਵੀ ਇੱਦਾਂ ਇੱਦਾਂ ਉੱਦਾਂ, ਬਲ ਜਦਕਿ ਇਹ ਸਾਡੇ ਸਾਰੇ ਦਰਸ਼ਕਾਂ ਨੂੰ ਪਤਾ ਵੀ ਜਸ ਪੰਜਾਬੀ ਬਿਲਕੁਲ ਇੱਕੋ ਇੱਕ ਚੈਨਲ ਆ ਜਿਹੜਾ ਨਿਊਟਰਲ ਹੈ, ਜਿਹੜਾ ਕਿਸੇ ਦੀ ਪੱਖਪਾਤੀ ਨਹੀਂ ਕਰਦਾ। ਨਹੀਂ ਤਾਂ ਚੈਨਲ ਕੋਈ ਹਿੰਦੀ ਲਾ ਲਓ, ਕੋਈ ਪੰਜਾਬੀ ਲਾ ਲਓ, ਪਤਾ ਲੱਗਦਾ ਜੀ ਇਹ ਫਲਾਨੀ ਪਾਰਟੀ ਨਾਲ ਜੁੜੇ ਆ, ਪਤਾ ਲੱਗਦਾ ਜੀ ਇਹ ਫਲਾਨੀ ਨਾਲ ਜੁੜੇ ਆ। ਕੁਝ ਇੱਕ ਚੈਨਲ ਤਾਂ ਦੂਜੇ ਗੱਲ ਹੀ ਨਹੀਂ ਕਰਦੇ, ਸ਼ਰਤ ਰੱਖੀ ਹੋਈ ਹੈ ਵੀ ਜੇ ਕੋਈ ਖਬਰ ਆਉਣੀ ਹੈ ਜਾਂ ਕੋਈ ਕਿਤੇ ਕੋਈ ਕੋਈ ਫੰਕਸ਼ਨ ਦਿਖਾ ਰਹੇ ਹਾਂ, ਲਾਈਵ ਦਿਖਾ ਰਹੇ ਹਾਂ, ਤਾਂ ਉਹਦੇ 'ਚ ਸ਼ਰਤ ਹੁੰਦੀ ਸੀ ਕੋਈ ਫਲਾਨੀ ਪਾਰਟੀ ਦਾ ਬੰਦਾ ਹੋਵੇ ਅਤੇ ਉਹਦੇ 'ਤੇ ਕੈਮਰਾ ਨਹੀਂ ਜਾਣਾ ਚਾਹੀਦਾ, ਜੇ ਕੈਮਰਾ ਚੱਲ ਗਿਆ ਤਾਂ ਕੈਮਰਾਮੈਨ ਦੀ ਖੈਰ ਨਹੀਂ। ਸੋ ਜਸ ਪੰਜਾਬੀ ਇਸ ਪੱਖੋਂ ਅਸੀਂ ਕਹੀਏ ਤਾਂ ਇਹ ਬਚਾਅ ਹਜੇ ਅਸੀਂ ਕਿਸੇ ਪਾਸੇ ਬਿਲਕੁਲ ਕਦੇ ਨਹੀਂ ਹੋਏ, ਬੇਸ਼ੱਕ ਬੜਾ ਕੁਛ ਹੋਇਆ ਹੋਇਆ, ਬੜਾ ਕੁਛ ਔਫਰਾਂ ਵੀ ਹੋਈਆਂ ਵੀ ਤੁਸੀਂ ਸਾਡੀ ਇਕੱਲੀ ਦਿਖਾਓ ਖਬਰ, ਪਰ ਉੱਦਾਂ ਦਾ ਅਸੀਂ ਨਹੀਂ ਕੀਤਾ ਕਦੇ। ਮੈਡਮ ਸਾਡੇ CEO ਪੈਨੀ ਕਿਸੰਧੂ ਜਿਹੜੇ ਹੈਗੇ ਨੇ, ਉਹਨਾਂ ਨੇ ਉਹ ਕਦੇ ਨਹੀਂ ਹੋਣ ਦਿੱਤਾ, ਵਾਹ ਲੱਗਦੀ ਨੂੰ ਕਦੇ ਨਹੀਂ ਹੋਣ ਤੱਕ, ਵਿੱਚ ਵਿਚਾਲੇ ਹੋ ਗਿਆ ਹੋਊ ਤਾਂ ਉਹਦਾ ਕਹਿ ਨਹੀਂ ਸਕਦੇ। ਅਤੇ ਦੂਜੀ ਗੱਲ ਇਹ ਆ ਜਿਹੜੀ ਮੈਂ ਸਾਡੇ ਦਰਸ਼ਕਾਂ ਨੂੰ ਕਰਦਾ ਹੁੰਦਾ ਬੇਨਤੀ, ਹਾਂ 2-4 ਦਿਨ ਤੋਂ ਕਰਦੇ ਹਾਂ, ਅਗਾਂਹ ਹੋਰ ਵਧਾਵਾਂਗੇ ਬੇਨਤੀ ਨੂੰ, ਕਿ ਜਿਵੇਂ ਪੰਜਾਬ ਵਾਲੇ ਚੈਨਲ ਦੇ ਉਹ ਇੱਧਰ ਆਉਂਦੇ ਨੇ, ਉਹਨਾਂ ਵਾਸਤੇ ਇੱਧਰ ਬੋਨਸ ਹੈ, ਉਹਨਾਂ ਨੂੰ ਜਿੰਨੀ ਐਡ ਮਿਲ ਗਈ, ਜਿੰਨਾ ਜੋ ਕੁਛ ਹੋ ਗਿਆ ਉਹਨਾਂ ਵਾਸਤੇ ਬੋਨਸ ਹੈ, ਵਾਧੂ ਹੈ, ਪੈਸਾ ਪੂਸਾ ਉਹਨਾਂ ਦਾ ਆਈਡੀਆ ਤੋਂ ਪੂਰਾ ਹੁੰਦਾ। ਤਾਂ ਸਾਡਾ ਜਿਹੜਾ ਚੈਨਲ ਆਈਡੀਆ ਚੱਲਦਾ ਹੈਗਾ, ਪਰ ਫਿਰ ਵੀ ਪੰਜਾਬ ਦੇ ਵਿੱਚ
ਚੱਲਣ ਨਹੀਂ ਦਿੱਤਾ ਗਿਆ, ਬੜੀ ਦੇਰ ਤੋਂ ਕੋਸ਼ਿਸ਼ ਜਾਰੀ ਹੈ। ਸਾਡਾ ਜਿਹੜਾ ਜਾਣੀ ਇਉਂ ਕਹਿ ਲਓ ਸਾਰੇ ਖਰਚੇ ਜਿਹੜੇ ਨੇ ਚੈਨਲ ਦੇ, ਜੋ ਵੀ ਚੈਨਲ ਦਾ ਖਰਚੇ ਚਲਦੇ, 65-70 ਬੰਦੇ ਇੰਡੀਆ ਨੇ, ਇੱਥੇ ਵੀ ਹੋ ਗਏ, ਅਸੀਂ ਨਿਊਯਾਰਕ ਵੀ ਹੋ ਗਏ, ਉਹ ਸਾਰੇ ਖਰਚੇ ਤੁਹਾਡੇ ਤੋਂ ਹੀ ਚੱਲਦੇ ਆ। ਸਾਨੂੰ ਇੰਡੀਆ ਤੋਂ ਜਿਹੜੀ ਇਨਕਮ ਆ ਕੋਈ ਉਹ ਇੰਨੀ ਖਾਸ ਨਹੀਂ ਹੈਗੀ। ਸੋ ਇਸ ਕਰਕੇ ਇਹਦੇ 'ਚ ਮੈਂ ਬੇਨਤੀ ਕੀਤੀ, ਪਰ ਸਾਨੂੰ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਸਭ ਦਾ ਬੜਾ ਰਿਸਪੋਂਸ ਬਹੁਤ ਵਧੀਆ, ਸਭ ਨੇ ਬਹੁਤ ਸਾਨੂੰ ਕਿਹਾ ਵੀ ਅਸੀਂ ਹਰ ਤਰ੍ਹਾਂ ਦੀ ਮਦਦ ਕਰਾਂਗੇ। ਸੋ ਸਾਨੂੰ ਪਰਵਾਹ ਨਹੀਂ, ਕਿਉਂਕਿ ਪਰਮਾਤਮਾ ਦੀ ਜਿੱਥੇ ਕਿਰਪਾ ਹੋਵੇ ਅਤੇ ਪੰਜਾਬੀਆਂ ਦਾ ਜਿੱਥੇ ਸਾਥ ਹੋਵੇ, ਉੱਥੇ ਪਰਵਾਹ ਕਰਨ ਦੀ ਲੋੜ ਹੀ ਕੋਈ ਨਹੀਂ ਹੈਗੀ, ਉੱਥੇ ਵੈਸੇ ਹੀ ਬੱਲੇ ਬੱਲੇ ਆ। ਸੋ ਫਿਰ ਵੀ ਇੱਕ ਵਾਰੀ ਕਹਿ ਦੇਵਾਂ, ਤੁਹਾਨੂੰ ਦੱਸ ਦੇਵਾਂ, ਸੱਦਾ ਪੱਤਰ ਦੇ ਦੇਵਾਂ ਕਿ ਤੁਸੀਂ ਜਿਹੜਾ ਹੈਗਾ 6 ਮਾਰਚ ਨੂੰ ਲੈਥਰੋਪ ਦੇ ਵਿੱਚ ਸ਼ਾਮ ਦਾ ਪ੍ਰੋਗਰਾਮ ਹੈ, ਲਾਈਵ TV 'ਤੇ ਦਿਖਾਵਾਂਗੇ। ਕੋਈ ਉੱਥੇ ਸਾਡਾ ਭੈਣ ਭਰਾ ਆਉਣਾ ਚਾਹੁੰਦਾ, ਉਸ ਪ੍ਰੋਗਰਾਮ ਨੂੰ ਅਟੈਂਡ ਕਰਨਾ ਚਾਹੁੰਦਾ, ਤਾਂ ਮੋਸਟ ਵੈਲਕਮ ਹੈ। ਨੰਬਰ ਮੇਰਾ ਜਿਹੜਾ ਉਹ ਮੈਂ ਦੱਸ ਦਿੰਦਾ, 6-209-450-33-62 ਮੇਰਾ ਨੰਬਰ ਹੈ, ਜਾਂ ਫਿਰ ਅਸ਼ਮਤਾ ਜੀ ਦਾ ਨੰਬਰ ਹੈਗਾ, ਉਹਨਾਂ ਨੂੰ ਵੀ ਕਾਲ ਕਰ ਸਕਦੇ ਹੋ, 646-246-7070 6462467770। ਇਹਨਾਂ 'ਚੋਂ ਕਿਸੇ ਵੀ ਨੰਬਰ 'ਤੇ ਤੁਸੀਂ ਕਾਲ ਕਰੋਗੇ ਅਤੇ ਤੁਸੀਂ ਆਪਣਾ ਨਾਮ, ਪਤਾ ਜਾਂ ਟੈਕਸਟ ਮੈਸੇਜ ਵੀ ਕਰ ਸਕਦੇ ਹੋ, ਲਿਖਾ ਸਕਦੇ ਵੀ ਅਸੀਂ ਇਸ ਜਗ੍ਹਾ ਤੋਂ ਹੈ ਗੱਲ ਕਰਦੇ ਅਤੇ ਅਸੀਂ ਇਸ ਫੰਕਸ਼ਨ ਦੇ ਵਿੱਚ ਆਉਣਾ ਚਾਹੁੰਦੇ ਹਾਂ, ਅਤੇ ਮੋਸਟ ਵੈਲਕਮ ਹੈਗੀ ਆ। ਅਤੇ ਬਾਕੀ ਹੁਣ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਸਿਲਸਿਲਾ ਸ਼ੁਰੂ ਕਰਾਂਗੇ। ਨੰਬਰ ਜਿਹੜਾ ਸਕਰੀਨ 'ਤੇ ਆ ਰਿਹਾ ਹੋਏਗਾ, ਡਾਇਲ ਕਰ ਲਓ, ਗੱਲਾਂ ਬਾਤਾਂ ਖੁੱਲ੍ਹੀਆਂ, ਗੱਲਾਂ ਬਾਤਾਂ ਦਾ ਵਿਸ਼ਾ ਖੁੱਲ੍ਹਾ ਜ਼ਰੂਰ। ਦੋ ਸ਼ਬਦ ਜਿਹੜੇ ਤੁਹਾਡੇ ਹੈਗੇ ਨੇ ਸਾਨੂੰ ਆਸ਼ੀਰਵਾਦ ਦੇ, ਉਹ ਵੀ ਅਸੀਂ ਚਾਹਵਾਂਗੇ, ਸ਼ੁਭਕਾਮਨਾਵਾਂ ਦੇ ਜਿਹੜੇ ਹੈਗੇ ਉਹ ਵੀ ਅਸੀਂ ਚਾਹਵਾਂਗੇ, ਉਹ ਅੱਜ ਵੀ ਚਾਹਵਾਂਗੇ, ਆਉਣ ਵਾਲੇ ਦਿਨਾਂ 'ਚ ਜਦ ਤੱਕ ਸ਼ੁਰੂਆਤ ਨਹੀਂ ਹੋਈ ਤਦ ਤੱਕ ਜਿਹੜਾ ਉਹ ਅਸੀਂ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ ਉਹ ਸਾਰੀ ਗੱਲਬਾਤ ਜਿਹੜੀ ਆ ਜਾਰੀ ਰੱਖਣ ਦੀ। ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਅੱਧੀ ਕਾਲ ਲੈ ਲੈਂਦੇ, ਬਾਕੀ ਫਿਰ ਆ ਕੇ ਲੈਣੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਗਤਾਰ ਸਿੰਘ ਜੀ, ਸਿਹਤ ਬਾਰੇ ਪਹਿਲਾਂ ਗੱਲ ਹੋਈ ਸੀ, ਉਹਦੇ ਬਾਰੇ ਮੈਂ ਨਵੇਂ ਸਾਲ ਜਦੋਂ ਚੜ੍ਹਿਆ ਸੀ ਇੱਕ ਛੋਟੀ ਜਿਹੀ ਕਵਿਤਾ ਲਿਖੀ ਸੀ, ਸੁਣਾਵੇ? ਜੀ ਸੁੰਦਰ ਸਾਹਿਬ ਹੋ ਰਹੇ? ਹਾਂਜੀ 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 ਸੁੰਦਰ। ਹਾਂ ਨਹੀਂ ਅੱਜ ਮੈਂ ਠੀਕ ਹੈ, ਠੀਕ ਹੈ ਜੀ, ਸਿਹਤ ਸੂਹ ਠੀਕ ਹੈ? ਹਾਂਜੀ ਬਹੁਤ ਵਧੀਆ। ਚਲੋ ਜੀ, ਹਾਂਜੀ ਜ਼ਰੂਰ ਜੀ, ਜ਼ਰੂਰ ਸੁਣਾਓ। ਨਵੇਂ ਸਾਲ 'ਚ ਸਭ ਤੋਂ ਜ਼ਿਆਦਾ ਧਿਆਨ ਮੈਂ ਆਪਣੀ ਸਿਹਤ ਨੂੰ ਵਧੀਆ ਰੱਖਣ ਦਾ ਯਤਨ ਕਰਾਂਗਾ, ਕਿਉਂਕਿ ਕਹਿੰਦੇ ਨੇ ਲੋਕੀ ਹੈਲਥ ਇਜ਼ ਵੈਲਥ। ਵਾਹ ਜੀ ਵਾਹ। ਪਲੰਟੀ ਆਫ ਫਰੂਟਸ, ਅਵਾਕਾਡੋ, ਕਲੰਤਰੋ, ਮਿੰਟ, ਹਰੀਆਂ ਸਬਜ਼ੀਆਂ, ਖੀਰੇ, ਲੌਕੀ, ਕਰੇਲੇ, ਮੂਲੀਆਂ, ਦਹੀਂ, ਲੱਸੀ ਦੀ ਵੱਧ ਵਰਤੋਂ ਅਤੇ ਅਚਾਰ ਤੋਂ ਜ਼ਰਾ ਪਰਹੇਜ਼ ਕਰਕੇ ਹਰੇ ਧਨੀਏ, ਮਿੰਟ, ਅਨਾਰਦਾਣੇ ਅਤੇ ਗੰਢੇ ਦੀ ਚਟਨੀ ਦਾ ਹੀ ਸਿਰਫ ਇਸਤੇਮਾਲ ਕਰਾਂਗਾ। ਬਦਾਮ, ਛੁਆਰੇ, ਅਖਰੋਟ, ਚੀਆ ਸੀਡਸ ਤੇ ਹੋਰ ਵੀ ਬਹੁਤ ਸਾਰੇ ਨਟਸ ਨੂੰ ਵੀ ਹਰ ਰੋਜ਼ ਥੋੜਾ ਥੋੜਾ ਜ਼ਰੂਰ ਲਵਾਂਗਾ। ਪਲਾਸਟਿਕ ਦੀਆਂ ਚੀਜ਼ਾਂ ਨੂੰ ਆਪਣੇ ਘਰ ਦੇ ਬਾਹਰ ਦੇ ਦਰਵਾਜ਼ੇ ਤੋਂ ਗੈਟ ਆਊਟ ਕਰਾਂਗਾ। ਮਨ ਜਿੰਨਾ ਸਥਿਰ ਰਹੇ ਓਨਾ ਹੀ ਸਵਸਥ ਰਹਿੰਦਾ ਹੈ, ਤਨ ਜਿੰਨਾ ਵੀ ਘੁੰਮਦਾ ਰਹੇ ਓਨਾ ਹੀ ਸਵਸਥ ਰਹਿੰਦਾ ਹੈ। ਇਹਦੇ ਉੱਤੇ ਮੈਂ ਗੌਰ ਕਰਾਂਗਾ, ਮਨ ਸ਼ਾਂਤ ਰੱਖਾਂਗਾ ਤੇ ਤਨ ਘੁਮਾਉਂਦਾ ਰਹਾਂਗਾ। ਥੈਂਕ ਯੂ ਜੀ। ਵਾਹ ਜੀ। ਮਨ ਇੱਕ ਜਗ੍ਹਾ ਤੇ ਤਨ ਜਗ੍ਹਾ ਜਗ੍ਹਾ ਜੀ, ਮਤਲਬ ਮਨ ਇੱਕ ਜਗ੍ਹਾ ਰੱਖਣਾ ਤੇ ਤਨ ਜਗ੍ਹਾ ਜਗ੍ਹਾ ਘੁੰਮਣਾ, ਮਤਲਬ ਸੁੰਦਰ ਸਾਹਿਬ ਬਹੁਤ ਵਧੀਆ ਗੱਲਾਂ ਜੀ। ਇਹ ਨਵੇਂ ਸਾਲ ਵਾਸਤੇ ਨੀ, ਸਾਰੀ ਜ਼ਿੰਦਗੀ ਸਾਨੂੰ ਇਹ ਯਾਦ ਰੱਖਣੀ ਚਾਹੀਦੀ ਹੈ, ਹਰ ਦਿਨ ਚੀਜ਼ਾਂ ਯਾਦ ਰੱਖਣੀ ਚਾਹੀਦੀ ਹੈ। ਸਾਡਾ ਜਦੋਂ ਵੀ ਸਾਹਿਬ ਸੁਣਾਉਂਦਾ ਨਾ ਕਵਿਤਾ, ਹਾਂਜੀ ਮੈਂ ਆਪਣੀ ਹੀ ਲਿਖੀ ਹੋਈ ਸੁਣਾਉਂਦਾ ਮੈਂ, ਕਿਉਂਕਿ ਉਹਦਾ ਮੇਰਾ ਸ਼ੌਂਕ ਹੁੰਦਾ ਰਹਿੰਦਾ। ਤੇ ਮੈਂ ਇੱਕ ਚਾਹੁੰਦਾ ਸੀਗਾ, ਤੁਸੀਂ ਅਗਰ ਲਿਖਦੇ ਹੋ ਤੁਸੀਂ ਇਹਦਾ ਜ਼ਰੂਰ ਡਿਜੀਟਲੀ, ਚਾਹੇ ਚਾਹੇ ਬੁੱਕ ਵਗੈਰਾ ਚਾਹੀਦੀ ਹੈ ਆਉਣ ਵਾਲੇ ਸਮੇਂ, ਸਾਡੀ ਅਗਲੀਆਂ ਪੀੜ੍ਹੀਆਂ ਪੜ੍ਹਨਗੀਆਂ, ਘੱਟੋ ਘੱਟ ਕੋਈ ਵੀ ਜਿਹਨਾਂ ਨੂੰ ਵੀ ਲਿਖਣ ਦਾ ਸ਼ੌਂਕ ਹੈਗਾ ਉਹ ਚਾਹੀਦਾ ਜ਼ਰੂਰ। ਹਾਂ ਉਹ ਬੁੱਕ ਦਾ ਮੈਂ ਅਜੇ ਲਿਖੇ ਆ 40 ਟੌਪਿਕ ਮੈਂ ਲਿਖ ਚੁੱਕਿਆ, ਫਿਰ ਇੱਕ ਬੁੱਕ ਛਾਪਾਂਗਾ, ਉਹਦੇ ਵਿੱਚ ਫਿਰ ਮੈਂ ਸਾਰੇ ਟੌਪਿਕ ਜਿਹੜੇ ਲਿਖੇ ਆ ਨਾ ਉਹ ਜਿੰਨੇ ਵੀ ਆ ਮੈਂ 40 ਲਿਖ ਚੁੱਕਿਆ, ਮੈਂ ਉਹਦੀ ਅਸਲੀ ਕਾਪੀ ਲਿਖ ਰਿਹਾ ਅਜੇ ਲਿਖ ਰਿਹਾ, ਮੈਂ ਸੋਚਦਾ 2-4 ਸਾਲ ਬਾਅਦ ਫਿਰ ਉਹਨੂੰ ਮੈਂ ਕਰਾਂਗਾ। ਚਲੋ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਮਿਹਰਬਾਨੀ ਸਭ ਦੀ ਗੱਲਬਾਤ ਕਰਨ ਵਾਸਤੇ, ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਫਿਲਹਾਲ ਇੱਕ ਬ੍ਰੇਕ ਲੈਣੀ ਪਏਗੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਅਤੇ ਗੱਲਾਂ ਬਾਤਾਂ ਸਿਲਸਿਲਾ ਜਿਹੜਾ ਟੈਲੀਫੋਨ ਦੇ ਉੱਪਰ ਉਹ ਸ਼ੁਰੂ ਆਪਾਂ ਕਰ ਦਿੱਤਾ ਸੀਗਾ ਅਤੇ ਹੁਣ ਕੰਟੀਨਿਊ ਕਰਦੇ ਹਾਂ। ਅਤੇ ਆਪਾਂ ਕੀ ਵਿਚਾਰ ਨੇ ਤੁਹਾਡੇ, ਕੀ ਕੁਛ ਕਹਿਣਾ ਚਾਹੁੰਦੇ ਹੋ? ਵੈਸੇ ਹੀ ਜਨਰਲ ਗੱਲ ਆਪਾਂ ਕਰ ਸਕਦੇ ਹਾਂ, ਚਾਹੇ ਪੰਜਾਬ ਦੀ ਰਾਜਨੀਤੀ ਦੀ ਵੀ ਕਰ ਸਕਦੇ ਹਾਂ, ਮਨੋਰੰਜਨ ਦੀ ਵੀ ਕਰ ਸਕਦੇ ਹਾਂ, ਕੋਈ ਪਿਛਲੀ ਗੱਲ ਹੋਈ ਹਵਾਈ ਕੋਈ ਤੁਹਾਡੇ ਦਿਲ ਦੇ ਵਿੱਚ ਹੋਵੇ, ਜ਼ਿਹਨ ਦੇ ਵਿੱਚ ਹੋਵੇ, ਤਾਂ ਉਹ ਵੀ ਆਪਾਂ ਕਰ ਸਕਦੇ ਹਾਂ। ਕਾਲ ਅਗਲੀ ਲੈਂਦੇ ਹਾਂ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੱਗੀ ਭਾਅ ਜੀ। ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਕੌਣ ਬੋਲਦੇ? ਸੁਖਦੇਵ ਬੋਲਦਾ ਜੀ, ਮੈਂ ਮੋਰੈਸਟੋ ਤੋਂ। ਵਾਹ ਜੀ ਵਾਹ, ਮੋਰੈਸਟੋ ਤੋਂ ਮੈਂ ਜਾਂਦਾ ਨਹੀਂ ਤਾਂ, ਮੋਰੈਸਟੋ ਮੇਰੇ ਆ ਬੜੀ ਦੇਰ, ਕਿੱਥੇ ਆਪਾਂ ਦਰਸ਼ਨ ਮੇਲੇ ਹੋਏ ਕਦੇ? ਹਾਂ, ਦੇਖਿਆ ਤੁਹਾਨੂੰ ਗੁਰਦੁਆਰੇ, ਤੁਸੀਂ ਆਉਂਦੇ ਰਹਿੰਦੇ ਗੁਰਦੁਆਰਾ ਆ। ਸਾਹਿਬ 'ਚ ਮਿਲੇ ਹੋਣ। ਠੀਕ ਹੈ ਠੀਕ ਹੈ, ਚਲੋ ਹੁਣ ਤਾਂ ਅਸੀਂ ਤੁਹਾਡੇ ਹੋਰ ਵੀ ਗੁਆਂਢੀ ਬਣ ਗਏ ਜੀ, ਲੈਥਰੋਪ ਮੇਰੇ ਖਿਆਲ 15-20 ਮਿੰਟ ਹੀ ਲੱਗਦੇ ਉੱਥੋਂ। ਜਾ ਜਾ ਜਾ, ਬਸ ਲੱਗ ਗਈ ਆ। ਹਾਂ ਨਹੀਂ, ਕਰਿਆ ਕਰਾਂਗੇ ਜੀ ਦਰਸ਼ਨ ਮੇਲੇ, ਅਤੇ ਲੈਥਰੋਪ ਹੈਗਾ ਤਾਂ ਤੁਸੀਂ ਮੇਰਾ ਨੰਬਰ ਮੈਂ ਦੱਸਦਾ ਉਹਨੂੰ, 209-450-3362, ਅਤੇ ਜ਼ਰੂਰ ਫਿਰ ਕਰਿਓ ਕਾਲ, ਅਤੇ ਫਿਰ ਦਰਸ਼ਨ ਮੇਲੇ ਕਰਦੇ ਹਾਂ ਤੁਹਾਡੇ ਵੀ, ਅਤੇ ਸਟੂਡੀਓ ਵੀ ਦਰਸ਼ਨ ਦਿਓ। ਤੁਸੀਂ ਦਿਖਾ ਲਿਆ ਨਾ ਆਪਣੇ ਰਾਸ਼ਨ ਦੇ ਪੁਰਾਣੇ ਗੀਤ ਦਿਖਾ ਲਏ ਆ। ਹਾਂਜੀ ਹਾਂਜੀ, ਚੰਗੇ ਲੱਗੇ, ਬਹੁਤ ਵਧੀਆ ਲੱਗੇ। ਤੇ ਦੇਖਿਆ ਉਹਦਾ ਦਰਦਾਰ ਸੰਧ ਨੂੰ ਕਿਤੇ ਤੁਸੀਂ? ਨਹੀਂ ਨਹੀਂ ਭਾਈ, ਦੇਖਿਆ ਨਹੀਂ, ਪਰ ਉਹਦੇ ਗੀਤਾਂ ਦੇ ਬੜੇ ਫੈਨ ਆ। ਹਾਂ ਨਹੀਂ, ਗੀਤ ਉਹਦੇ ਵੱਖਰੀ ਤਰ੍ਹਾਂ ਦੀ ਟੂਨ ਆਵਾਜ਼ ਦੇ ਵਿੱਚ ਹੈਗੀ ਸੀ, ਨਾ ਮਾਰ ਜਾਲਮਾ ਵੇ ਪੇਕੇ ਤਸਲੀ ਦੂਰ, ਤੇ ਉਹ ਵੀ ਗੀਤ ਹੈਗਾ, ਮੈਂ ਕੋਸ਼ਿਸ਼ ਕਰੂੰਗਾ ਦਿਖਾਉਣ ਦੀ। ਤੇ ਸ਼ੰਬੜੈਸ ਤੋਂ ਫਿਰ ਤੁਸੀਂ ਰਹਿੰਦੇ ਹੋ ਤੇ ਕਾਫੀ ਦੇਰ ਤੋਂ ਇੱਥੇ ਹੀ ਹੋ? ਮੈਂ 26 ਸਾਲ ਤੋਂ ਇੱਥੇ ਹੀ ਹਾਂ। ਵਾਹ ਵਾਹ ਜੀ ਵਾਹ, ਵਾਹ ਜੀ ਵਾਹ, ਮੇਰਾ ਵੀ ਮੋਰੈਸਟੋ ਨਾਲ ਬਹੁਤ ਮਤਲਬ ਤੇ ਮੁਹੱਬਤ ਰਿਹਾ ਸ਼ੁਰੂ ਤੋਂ ਹੀ, ਮੈਂ ਪਹਿਲਾਂ ਮੋਰੈਸਟੋ ਹੀ ਰਿਹਾ ਸੀਗਾ, ਸੀਰੀਜ਼ ਵੀ ਰਿਹਾ, ਫਿਰ ਹੁਣ ਪਹਿਲਾਂ ਤੁਹਾਨੂੰ ਦੇਖਿਆ ਹੀ ਨਹੀਂ ਇੱਥੇ। ਅੱਛਾ ਅੱਛਾ, ਆਪਾਂ ਕਦੇ ਦਰਸ਼ਨ ਮੇਲੇ ਹੋਏ ਨਹੀਂ, ਤਾਂ ਜ਼ਰੂਰ ਹੁਣ ਕਰਾਂਗੇ। 2 ਸਾਲਾਂ ਤੋਂ ਮੈਂ ਤੁਹਾਨੂੰ ਦੇਖਦਾ ਰਿਹਾ, 2 ਸਾਲਾਂ ਤੋਂ ਹੀ ਆਉਂਦੇ ਇੱਥੇ। ਹਾਂਜੀ ਹਾਂਜੀ, ਗੁਰੂ ਘਰ 'ਚ ਉੱਥੇ ਜਾਂਦੇ ਰਹੇ। ਠੀਕ ਹੈ, ਬਾਕੀ ਸਾਰੇ ਦੋਸਤ ਦੱਸਿਆ ਨਾ ਗੱਲ ਵੀ, ਐਕਸਰਸਾਈਜ਼ ਜਿਹੜੀ ਆ, ਹਾਕੀ ਖੇਲਦੇ ਆ ਜਾਂ ਫੁੱਟਬਾਲ ਖੇਲਦੇ ਆ, ਹਾਂਜੀ ਇਹ ਗਰਾਊਂਡ ਵਿੱਚ ਖੇਲਣਾ ਹੀ ਨਜ਼ਾਰਾ ਆਉਂਦਾ। ਗਰਾਊਂਡ 'ਚ ਨਹੀਂ ਨਾ ਖੇਲਦੇ, ਬਸ ਇਹੀ ਗੱਲ ਆ, ਉਹਨਾਂ ਤੇ ਖੇਲਦੇ ਨੇ। ਇਹ ਸਾਡੇ ਬੱਚਿਆਂ ਦੀ ਗਾਂ ਜਿਹੜੀ ਹੈ ਨਾ, ਜਿਹੜੀ ਸਾਡੀ ਬੋਡੀ ਆ, ਸਾਡੀ ਐਕਸਰਸਾਈਜ਼ ਆ, ਉਹ ਨਹੀਂ ਹੁੰਦੀ। ਬਿਲਕੁਲ ਜੀ, ਅੱਜ ਕੱਲ੍ਹ ਤਾਂ ਹੁਣ ਕਹਿੰਦੇ ਜੀ 25-26 ਸਾਲ ਦੇ ਜਵਾਕ ਹੈ ਜੀ, ਗੋਡਿਆਂ ਦੀ ਕਹਿੰਦੇ ਪਿੰਡਾਂ 'ਚ ਗਰੀਸ ਮੁੱਕ ਗਈ, ਗੋਡਿਆਂ ਦੀ ਗਰੀਸ ਪਤਾ ਨਹੀਂ ਕਿਹੜੀ ਹੁੰਦੀ, ਗੋਡਿਆਂ ਜਿਹੜੀ ਮੁੱਕ ਜਾਂਦੀ ਆ, ਔਰ ਉਹ ਕਾਰਨ ਹਾਲੇ ਤਾਂ ਸਾਡੀ ਤਾਂ ਮੁੱਕੀ ਨਹੀਂ ਹੈਗੀ, ਮੈਂ 60 ਈਅਰ ਤੇ ਹੋ ਚੱਲਿਆ। ਵਾਹ ਜੀ ਵਾਹ, ਵਾਹ ਜੀ ਵਾਹ। ਪਰ ਪਤਾ ਕੀ ਹੈ ਜੀ, ਪਹਿਲਾਂ ਪਿੰਡਾਂ ਦੀ ਗੱਲ ਕਰੀਏ ਤੇ ਬਾਹਰ ਬੰਦਾ ਸਵੇਰੇ ਜੰਗਲ ਪਾਣੀ ਜਾਂਦਾ ਸੀ, ਤੇ 2-4 ਮੀਲ ਦੀ ਸ਼ਹਿਰ ਕੋਲ ਟੂਰਨਾਮੈਂਟ ਖੇਲਦੇ ਆਏ ਇੰਡੀਆ ਤੋਂ। ਅੱਛਾ ਜੀ, ਟੂਰਨਾਮੈਂਟ ਖੇਲਦੇ ਆਏ ਆ ਜੀ, ਸਭ ਕੁਛ ਖੇਤੀਬਾੜੀ ਦਾ ਕੰਮ ਕਰਦੇ ਆਏ ਆ, ਪੜ੍ਹਾਈ ਵੀ ਕੀਤੀ, ਸਭ ਕੁਛ ਕੀਤਾ, ਪਰ ਇਹ ਤਾਂ ਮੈਂ ਗਰੀਸ ਪਤਾ ਨਹੀਂ ਕਿੱਦਾਂ ਮੁੱਕਦੀ ਹੈ ਬੱਚਿਆਂ ਦੀ। ਨਹੀਂ ਦੇਖੋ ਜੀ, ਪਹਿਲਾਂ ਆਪਾਂ ਬਾਹਰ ਅੰਦਰ ਵੀ ਜਾਂਦੇ ਸੀ, 1-2 ਮੀਲ ਦੀ ਸੈਰ ਹੋ ਜਾਂਦੀ, ਹੁਣ ਕਿਸੇ ਜਵਾਕ ਨੇ ਜੇ ਮੋਟਰ ਤੇ ਨਹਾਉਣ ਵੀ ਜਾਣਾ ਤੇ ਉਹਨੇ ਮੋਟਰਸਾਈਕਲ ਨੂੰ ਕਿੱਕ ਮਾਰ ਲਈ, ਚਲੋ ਜੀ ਮੋਟਰਸਾਈਕਲ ਮੋਟਰ ਤੇ ਨਹਾਉਣ ਚੱਲ ਗਏ। ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਦਰਸ਼ਨ ਕਰਾਂਗੇ ਤੁਹਾਡੇ ਜ਼ਰੂਰ। ਓਕੇ ਭਾਈ ਜੱਗੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਬੜਾ ਵਧੀਆ ਲੱਗਦਾ ਜੀ, ਹੁਣ ਤਾਂ ਐਂ ਲੱਗਦਾ ਵੀ ਜਿਵੇਂ ਆਂਢ ਗੁਆਂਢੀ ਹੁੰਦਾ ਸਾਰਾ, ਐਲਏ ਤੱਕ ਤਾਂ, ਐਲਏ ਤੱਕ ਵੀ ਛੱਡੋ, ਇੱਧਰ ਈਵਨ ਫੀਨਿਕਸ ਤੱਕ, ਐਰੀਜੋਨਾ ਤੱਕ ਤਾਂ ਇੱਦਾਂ ਹੁਣ ਐਂ ਲੱਗਦਾ ਨਿਆਈ ਵਾਲਾ ਖੂਹ। ਐਲੇ ਪਹਿਲਾਂ ਐਂ ਲੱਗਦਾ ਸੀ ਯਾਰ, ਐਲੇ ਐਡੀ ਦੂਰ ਯਾਰ ਕਿੱਦਾਂ ਜਾਵਾਂਗੇ, ਗੱਡੀ ਭਰਨੀ ਕਿੱਦਾਂ ਚਲਾਉਣੀ ਪੈਣੀ, ਹੁਣ ਤਾਂ ਐਂ ਲੱਗਦਾ ਨਿਆਈ ਵਾਲਾ ਖੂਹ ਹੈਗਾ, 30 ਦਿਨ ਮਾਰੀ ਸੈਲਫ ਤੇ ਚਲੋ ਐਲੇ। ਚਲੋ ਖੈਰ ਜੀ, ਤੁਹਾਡਾ ਸਭ ਦਾ ਪਿਆਰ ਹੈ, ਬਹੁਤ ਜ਼ਿਆਦਾ ਆਸ਼ੀਰਵਾਦ ਹੈ, ਇਸੇ ਕਰਕੇ ਤੁਰੇ ਫਿਰਦੇ ਹਾਂ, ਇਸੇ ਕਰਕੇ ਉੱਡੇ ਫਿਰਦੇ, ਕਹਿ ਲਓ ਤੁਰੇ ਫਿਰਦੇ ਨਹੀਂ ਉੱਡੇ ਫਿਰਦੇ ਹੈਗੇ ਹਾਂ। ਅਤੇ ਮੈਂ ਸੋਚਦਾ ਕਿ ਗੀਤ ਜਿਹੜਾ ਹੈਗਾ ਜਿੰਮੀ ਸਾਹਿਬ, ਲਾਸਟ ਗੀਤ ਹੈਗਾ ਨਾ ਮਾਰ ਜ਼ਾਲਮਾ ਵੇ ਪੇਕੇ ਤਤੜੀ ਦੇ ਦੂਰ, ਇਹ ਵੀ ਗੀਤ ਉਹਨਾਂ ਦਾ ਬਹੁਤ ਸੁਪਰ ਡੁਪਰ ਹਿੱਟ ਹੋਇਆ ਸੀ। ਇਹ ਸਾਨੂੰ ਵੀਡੀਓ ਜਿਹੜੀ ਹੈ ਇਹਨਾਂ ਗੀਤਾਂ ਦੀ, ਉਹ ਮਿਲੀ ਹੈ ਕਿਤੇ, ਜਾਣੀ ਕਿ ਜਿੱਦਾਂ ਕਿਸੇ ਸਟੇਜ ਦਾ ਪ੍ਰੋਗਰਾਮ ਹੈਗਾ, ਸਟੇਜ ਦੇ ਪ੍ਰੋਗਰਾਮ ਦੀ ਕੁਆਲਿਟੀ ਜਿਹੜੀ ਤੁਹਾਨੂੰ ਪਤਾ ਹੀ ਹੈ, ਜਿਹੜਾ ਅਸੀਂ ਵੈਸੇ ਸਟੂਡੀਓ ਦੇ ਵਿੱਚ ਸ਼ੂਟ ਕਰਦੇ ਹਾਂ ਉਹਦਾ ਵੱਖਰੀ ਕੁਆਲਿਟੀ ਹੁੰਦੀ ਹੈ, ਜਿਹੜਾ ਬਾਹਰ ਸ਼ੂਟ ਕਰਦੇ ਆਊਟਡੋਰ ਉਹਦੀ ਕੁਆਲਿਟੀ ਹੋਰ ਹੁੰਦੀ ਹੈ, ਜੇ ਕੋਈ ਸਟੇਜ 'ਤੇ ਪ੍ਰੋਗਰਾਮ ਰਿਕਾਰਡ ਕਰਦੇ ਉਹਦੀ ਕੁਆਲਿਟੀ ਜਿਹੜੀ ਹੋਰ ਹੁੰਦੀ ਹੈ। ਅਤੇ ਸਟੂਡੀਓ 'ਚ ਕਿਵੇਂ ਰਿਕਾਰਡਿੰਗ ਕਰਦੇ, ਕਿਵੇਂ ਅਸੀਂ ਲਾਈਵ ਕਰਦੇ ਹਾਂ, ਤਾਂ ਜਦੋਂ ਮਰਜ਼ੀ ਫੋਨ ਕਰਕੇ ਅਤੇ ਆ ਜਾਓ, ਆਪਾਂ ਹੁਣ 6 ਮਾਰਚ ਤੋਂ ਬਾਅਦ ਜਦੋਂ ਮਰਜ਼ੀ ਤੁਸੀਂ ਆ ਕੇ ਅਤੇ ਆਪਾਂ ਨੂੰ ਮਿਲ ਵੀ ਸਕਦੇ, ਅਤੇ ਆਪਾਂ ਲਾਈਵ ਪ੍ਰੋਗਰਾਮ ਜਿਹੜਾ ਤੁਹਾਨੂੰ ਕਿੱਦਾਂ ਕਰਦੇ ਉਹ ਵੀ ਸਾਰਾ ਕੁਛ ਦਿਖਾ ਸਕਦੇ ਹੈਗੇ ਹਾਂ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜਿਹੜਾ ਗੀਤ ਹੈਗਾ ਇਹ ਨਾ ਮਾਰ ਜ਼ਾਲਮਾ ਵੇ, ਇਹਦਾ ਦੀਦਾਰ ਸੰਧੂ ਸਾਹਿਬ ਦਾ, ਉਹ ਤੁਸੀਂ ਦੇਖੋ ਅਤੇ ਉਸ ਤੋਂ ਬਾਅਦ ਲੈਂਦੇ ਹਾਂ ਬ੍ਰੇਕ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅੱਜ ਗੱਲਬਾਤ ਜਿਹੜੀ ਆਪਾਂ ਦੀਦਾਰ ਸੰਧੂ ਸਾਹਿਬ ਦੀ ਕੀਤੀ ਹੈ, ਬਹੁਤ ਸਾਰੇ ਦਰਸ਼ਕ ਜਿਹੜੇ ਉਹਨਾਂ ਨੂੰ ਜਾਣਦੇ ਵੀ ਹੋਣਗੇ, ਪਰਸਨਲੀ ਵੀ ਜਾਣਦੇ ਹੋਣਗੇ, ਕਿਉਂਕਿ ਜਿਹੜੇ ਉਹ ਕਲਾਕਾਰ ਸੀਗੇ ਉਦੋਂ, ਉਹ ਇਹ ਨਹੀਂ ਸੀਗੇ ਵੀ ਇੱਕ ਗੀਤ ਹਿੱਟ ਹੋ ਗਿਆ ਤਾਂ ਮੁੜ ਕੇ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਾ ਲਏ, ਉਹ ਆਮ ਲੋਕਾਂ 'ਚ ਵਿਚਰਦੇ ਸੀ। ਮੈਂ ਮੁਹੰਮਦ ਸਦੀਕ ਸਾਹਿਬ ਇੰਨੇ ਤਕੜੇ ਕਲਾਕਾਰ ਨੇ, ਇੰਨੇ ਵੱਡੇ, ਹੁਣ ਤਾਂ MP ਵੀ ਬਣ ਗਏ ਨੇ, ਅਤੇ ਉਦੋਂ ਉਹਨਾਂ ਦੀ ਗੱਲ ਕਰੀਏ ਜੇ ਤਾਂ ਉਹ ਸਕੂਟਰ 'ਤੇ ਚੱਲ ਜਾਂਦੇ ਸੀ, ਹਜੇ ਵੀ ਜਦੋਂ ਸੁਪਰ ਡੁਪਰ ਹਿੱਟ ਸੀਗੇ ਉਦੋਂ ਵੀ ਸਕੂਟਰ 'ਤੇ ਚੱਲ ਜਾਣਾ ਕਦੇ, ਚਲੋ ਚਲੋ ਇਹ ਚੰਗੀ ਗੱਲ ਹੈ। ਇੱਧਰਲੇ ਮੁਲਕਾਂ ਵਾਂਗੂ ਨਹੀਂ ਤਾਂ ਆਮ ਤੌਰ 'ਤੇ ਜਿਹੜੇ ਕਲਾਕਾਰ ਅੱਜ ਕੱਲ੍ਹ ਹੈਗੇ ਨੇ ਉਹਨਾਂ ਦਾ ਤਾਂ ਹਿਸਾਬ ਕਿਤਾਬ ਆਪਾਂ ਨੂੰ ਪਤਾ ਹੀ ਹੈ। ਪਹਿਲੀ ਗੱਲ ਤਾਂ ਸਿਸਟਮ ਹੀ ਚੇਂਜ ਹੋ ਗਿਆ ਸਾਰਾ, ਲੋਕਾਂ ਦੀ ਸੋਚ ਚੇਂਜ ਹੋ ਗਈ, ਲੋਕਾਂ ਦਾ ਜਿਹੜਾ ਸੁਭਾਅ ਉਹ ਚੇਂਜ ਹੋ ਗਿਆ। ਚਲੋ ਆਪਾਂ ਕਰ ਲਾ ਲੈਂਦੇ ਹਾਂ ਜਾਣਦੇ ਵਿਚਾਰ। ਹੈਲੋ,
ਹਾਂ ਜੀ ਜਗੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹੁੰਦਾ, ਤੁਸੀਂ ਸਾਨੂੰ ਦਿੱਤਾ ਨਾ ਓਪਨ ਹਾਊਸ ਰੱਖਿਆ ਨਾ ਜਿਵੇਂ, ਤੇ ਮੈਂ ਗੱਲ ਕਰ ਰਿਹਾ ਸਾਂ ਜਦੋਂ ਮੇਰੀ ਗੱਲ ਉਦੋਂ ਪੂਰੀ ਨਹੀਂ ਸੀ ਹੋਈ। ਹਾਂਜੀ ਹਾਂਜੀ, ਮੈਂ ਨਾ ਹਾਂ ਠੀਕ ਹੈ ਪਿੰਡ ਗਿਆ ਤੇ ਉੱਥੇ ਮੋਟਰ ਲੱਗੀ ਹੋਈ ਸੀ ਤੇ ਚਲੀ ਗਈ। ਆਪਣਾ ਥੋੜਾ ਜਿਹਾ ਪਿੱਛੋਂ ਸ਼ੁਰੂ ਕਰੋ ਤਾਂ ਕਿ ਦਰਸ਼ਕ ਨਾਲ ਜੁੜ ਜਾਣ। ਹਾਂਜੀ, ਮੈਂ ਦਰਸ਼ਕ ਇਸ ਤਰ੍ਹਾਂ ਹੈ ਕਿ ਬਾਹਰ ਦੀ ਗੱਲ ਹੈ। ਹਾਂਜੀ, ਸਨ 1962 ਦੀ ਗੱਲ ਹੈ ਤੇ ਉਦੋਂ ਟਿਊਬਵੈਲ ਲੱਗ ਗਏ ਸਨ ਤੇ ਬਿਜਲੀ ਚਲੀ ਗਈ। ਅੱਛਾ ਜੀ। ਤੇ ਮੈਂ ਆਪਣੇ ਉਦੋਂ ਬੜਾ ਸ਼ੌਕ ਸੀ ਬਈ ਉਹਦੇ ਚ ਖੁੱਲੇ ਪਾਣੀ ਚ ਨਹਾਉਣ ਦਾ ਬੜਾ ਜਿਵੇਂ ਸ਼ੌਕ ਹੁੰਦਾ ਨਾ। ਜੀ ਜੀ। ਤੇ ਮੈਂ ਮਾਮੇ ਦੇ ਪੁੱਤਰ ਨੇ ਕਿਹਾ ਯਾਰ ਖੁੱਲੇ ਪਾਣੀ ਚ ਨਹਾਉਣ ਦਾ ਦਿਲ ਕਰਦਾ ਖੁੱਲੀ ਹਵਾ ਦੇ ਵਿੱਚ, ਤੇ ਉੱਥੇ ਅਸੀਂ ਚਲੇ ਗਏ। ਜੀ। ਉਹ ਮੋਟਰ ਬਿਜਲੀ ਚਲੀ ਗਈ। ਅੱਛਾ। 4-5 ਮਿੰਟ ਬਾਅਦ ਬਿਜਲੀ ਦੀ ਕਿਰਪਾ ਹੋ ਗਈ, ਬਿਜਲੀ ਆ ਗਈ ਤੇ ਮੈਂ ਮੋਟਰ ਸਟਾਰਟ ਕੀਤੀ ਪਰ ਮੋਟਰ ਨੇ ਪਾਣੀ ਨਹੀਂ ਚੁੱਕਿਆ। ਅੱਛਾ ਜੀ। ਤੇ ਮੋਟਰ ਨੇ ਪਾਣੀ ਤੁਸੀਂ ਕਦੀ ਚੁੱਕਦੀ? ਉਹ ਆ ਗਿਆ ਕਹਿੰਦਾ ਏਦਾਂ ਨੀ ਚੁੱਕਣਾ, ਅਸੀਂ ਜੁਗਾੜ ਵੇਖ ਸਕਦਾ। ਹਾਂਜੀ। ਉਹਨੇ ਨਾ ਗੋਹਾ ਚੁੱਕ ਕੇ ਟਿੰਡ ਵਿੱਚ ਪਾਇਆ। ਗੋਹਾ ਚੁੱਕ ਕੇ ਟਿੰਡ ਵਿੱਚ ਪਾਇਆ। ਟਿੰਡ ਕਿਹੜੀ? ਤੇ ਨਾਲੇ ਜਿਹੜੀ ਹੁੰਦੀ ਨਾ ਉਹ ਕੀ ਕਹਿੰਦੇ ਨੇ ਇੱਕ ਟਿੰਡ ਜਿਹੀ ਹੁੰਦੀ ਜਿਹੜੀ ਉੱਥੇ ਕਰਕੇ ਜੇ ਚੱਲਦੀ ਹੈ ਟਿੰਡ, ਮੈਂ ਹੁਣ ਪੰਜਾਬੀ ਦਾ ਲਫ਼ਜ਼ ਹੈ ਤੇ ਆਮ ਕੰਫਿਊਜ਼ ਕਿਉਂਕਿ ਸ਼ਹਿਰੀ ਬੰਦਾ, ਤੇ ਉਹ ਜਿਹੜਾ ਚੱਲਦੀ ਹੈ ਟਿੰਡ ਜਿਹੜੀ ਚੜ੍ਹਦੀ ਨੀ ਨਾ ਈਜ਼ੀਲੀ ਜਿਹੜੀ ਅਵੇਲੇਬਲ ਹੁੰਦੀ ਟਿੰਡਾਂ ਪਈਆਂ ਹੁੰਦੀਆਂ ਨਾ ਗਲੀ, ਉਹਦੇ ਚ ਗੋਹਾ ਪਾ ਕੇ ਉਹਦੇ ਚ ਉਹਨੇ ਪਾਣੀ ਮਿਕਸ ਕੀਤਾ ਗੋਹਾ ਰੱਖ ਕੇ, ਤੇ ਉਹਨੇ ਜਿਹੜਾ ਜਿੱਥੋਂ ਪਾਣੀ ਬਾਹਰ ਆ ਰਿਹਾ ਸੀ ਉਹਦੇ ਚ ਉਹਨੂੰ ਮੋਟਰ ਉਹਨੂੰ ਪਿਆਇਆ। ਅੱਛਾ, ਉਸ ਪਾਈਪ ਚ ਪਾਤਾ। ਹਾਂ, ਉਸ ਤੋਂ ਬਾਅਦ ਫਿਰ ਹੋਰ ਥੋੜਾ ਜਿਹਾ ਚੁੱਕਿਆ, ਉਸ ਤੋਂ ਬਾਅਦ 4-5 ਟਿੰਡ ਜਿਹੜੀਆਂ ਹੈਗੀਆਂ ਸਨ ਨਾ ਉਹ ਪਾਣੀ ਦੀਆਂ ਉਹਦੇ ਵਿੱਚ ਪਾਈਆਂ। ਅੱਛਾ। ਤੇ ਫਿਰ ਉਹਨੇ ਮੋਟਰ ਸਟਾਰਟ ਕੀਤੀ, ਮੋਟਰ ਨੇ ਪਾਣੀ ਚੁੱਕ ਲਿਆ। ਠੀਕ ਹੈ ਜੀ। ਇਹ ਮੈਂ ਉਦੋਂ ਮੈਨੂੰ ਨਹੀਂ ਸੀ ਸਮਝ ਲੱਗੀ ਤੇ ਮੈਂ ਕਿਹਾ ਵੀ ਵਾਹ ਬਈ ਵਾਹ, ਇਹ ਕੀ ਜੁਗਾੜ ਹੋਇਆ। ਨਹੀਂ ਨਹੀਂ, ਇਹ ਜੁਗਾੜ ਜਿਵੇਂ ਹੁਣ ਨਲਕਾ ਕਈ ਵਾਰੀ ਪਾਣੀ ਛੱਡ ਜਾਂਦਾ ਜੀ, ਫਿਰ ਉਹਦੇ ਚ ਪਾਣੀ ਪਾ ਕੇ ਉਹਨੂੰ ਪਾਣੀ ਚੁਕਾਉਣਾ ਪੈਂਦਾ। ਹਾਂ, ਜੇ ਤੁਸੀਂ ਪਾਣੀ ਪਾਈ ਜਾਓ ਨਹੀਂ ਚੁੱਕੇਗਾ, ਨਲਕਾ ਤੇ ਨਹੀਂ ਚੁੱਕੇਗਾ, ਉਹ ਚੁੱਕ ਲੈਗਾ ਸ਼ਾਇਦ, ਲੇਕਿਨ ਮੋਟੇ ਮੈਂ ਤੁਹਾਨੂੰ ਦੱਸਦਾ ਉਹਦੇ ਥੱਲੇ ਫੋਟੋਵਾਲ ਹੋਣ, ਉਦੋਂ ਨਹੀਂ ਸੀ ਮੈਨੂੰ ਸਮਝ ਲੱਗੀ। ਹਾਂ, ਗੋਹੇ ਵਾਲਾ ਕਨਸੈਪਟ ਹੀ ਮੈਨੂੰ ਸਮਝ ਆਇਆ, ਪਾਣੀ ਵਾਲਾ ਸਮਝ ਆ ਗਿਆ। ਗੋਹੇ ਵਾਲਾ ਕਨਸੈਪਟ ਹੈ ਕਿ ਜਿਹੜਾ ਫੁੱਟਬਾਲ ਰਹਿੰਦਾ ਨਾ ਉਹਦੇ ਉੱਤੇ ਉਹਨੇ ਮਿਸਤਰੀ ਨੇ ਸਮਝਾਇਆ ਸੀ, ਉਹਨੇ ਗੋਹਾ ਪਾਇਆ, ਉਦੋਂ ਤਾਂ ਨਹੀਂ ਮੈਨੂੰ ਸਮਝ ਆਈ। ਉਹ ਜਿਹੜੇ ਜੁਗਾੜੀ, ਅਸੀਂ ਪੰਜਾਬੀ ਜੁਗਾੜੀ ਦੇਖੋ ਕਿਵੇਂ ਹੋਣੇ ਆ, ਬਾਹਰ ਦੀ ਗੱਲ ਹੈ ਤੇ ਤੁਸੀਂ ਕਹਦੇ ਪਿੰਡਾਂ ਦੀ ਗੱਲ ਚੇਤੇ ਕਰਦੇ ਸੋ ਨਾ, ਤੇ ਮੈਨੂੰ ਗੱਲ ਉਦੋਂ ਦੀ ਘੁੰਮਦੀ ਪਈ ਸੀ, ਮੈਂ ਕਦੋਂ ਜੱਗੀ ਜੀ ਮੇਰੇ ਕਾਬੂ ਆਣ ਤੇ ਮੈਂ ਸਰੋਤਿਆਂ ਦੇ ਨਾਲ ਹੋ ਸਕਾਂ। ਨਹੀਂ, ਇਹ ਗੋਹੇ ਦਾ ਜਿਹੜਾ ਕਨਸੈਪਟ ਹੈ ਮੈਨੂੰ ਲੱਗਦਾ ਵੀ ਜਿਹੜੀ ਥੱਲੇ ਨਾਲ ਹੁੰਦੀ ਪਾਈਪ ਬਿਲਕੁਲ ਥੱਲੇ ਹੁੰਦੀ ਹੈ ਉਹ ਥੋੜ੍ਹੀ ਬਹੁਤ ਕਿਤੋਂ ਲੀਕ ਹੋਏਗੀ ਗੋਹਾ ਪਾਉਣ ਨਾਲ। ਲੀਕ ਨਹੀਂ ਉਹਦੇ, ਨਹੀਂ ਲੋਅਰ ਹਾਂ ਲੀਕ ਨਹੀਂ, ਉਹਦੇ ਥੱਲੇ ਇੱਕ ਫੁੱਟਵਾਲ ਹੁੰਦਾ। ਅੱਛਾ, ਹਾਂਜੀ, ਜਿਹੜਾ ਕਿ ਜਿਹਦੇ ਪਾਣੀ ਨੂੰ ਉੱਪਰ ਜਿਸੋ ਫੁੱਟਵਾਲ ਲੀਕ ਕਰਨਾ ਸ਼ੁਰੂ ਹੋ ਜਾਂਦਾ ਨਾ, ਤੇ ਉਹ ਫਿਰ ਪ੍ਰਾਈਮਿੰਗ ਜਿਹੜੀ ਅੰਗਰੇਜ਼ੀ ਚ ਲਫ਼ਜ਼ ਹੈ ਪ੍ਰਾਈਮਿੰਗ ਕਰ। ਹਾਂਜੀ ਹਾਂਜੀ, ਆਪਣੇ ਤਾਂ ਦੇਖੋ ਜੁਗਾੜ ਕਰ ਲੈਂਦੇ ਸੀਗੇ ਜੀ ਮੋਟਰਾਂ ਤੇ ਇੰਜਣਾਂ ਦੇ ਖੂਹਾਂ ਤੇ ਵੀ। ਹਾਂਜੀ, ਤੇ ਦੇਖੋ ਨਾ ਸਾਡੇ, ਅਸੀਂ ਕਹਿੰਦੇ ਹਾਂ ਜੀ ਸ਼ਹਿਰੀ ਸਿਆਣੇ ਪੇਂਡੂ ਸਾਡੇ ਤੋਂ ਵੀ ਅੱਗੇ ਵੱਧਦੇ ਨੇ, ਕਿਵੇਂ ਜੁਗਾੜ ਕਰਕੇ ਉਹ ਦੇਖੋ ਉਹਨਾਂ ਨੇ ਕਰ ਲਿਆ। ਤੇ ਨਾਲੇ ਉਹਨੇ ਤੁਸੀਂ ਗੱਲ ਕਰ ਰਹੇ ਸੀ ਟੋਇਲਟ, ਹੁਣ ਤੇ ਭਾਈ ਪਿੰਡਾਂ ਦੇ ਵਿੱਚ ਵਿਆਹ ਨਹੀਂ ਹੁੰਦੇ, ਟੋਇਲਟ ਹੈ ਕਿ ਨਹੀਂ ਹੈ? ਬਿਲਕੁਲ ਬਿਲਕੁਲ ਜੀ ਬਿਲਕੁਲ, ਸਮਾਂ ਚੇਂਜ ਹੋ ਗਿਆ। ਪਹਿਲਾਂ ਘਰੇ ਖਾਂਦੇ ਸੀ ਤੇ ਜੰਗਲ ਪਾਣੀ ਬਾਹਰ ਜਾਂਦੇ ਸੀ, ਅੱਜ ਕੱਲ੍ਹ ਬਾਹਰ ਖਾ ਕੇ ਉਹਨਾਂ ਦਾ ਜੰਗਲ ਪਾਣੀ ਘਰੇ ਕਰਦੇ ਆ। ਹਾਂਜੀ, ਦੇਖੋ ਤੇ ਨਾਲੇ ਹੁਣ ਚਤਰ ਨਹੀਂ ਕਦੋਂ ਟੈਲੈਂਟ ਪੇਪਰ ਕਦੋਂ ਆਏਗਾ ਤੇ ਕੀ ਹੋਏਗਾ। ਜੱਗੀ ਜੀ ਦੇ ਜਲਵੇ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਬੜੀ ਮਿਹਰਬਾਨੀ ਜੀ, ਵਾਕਈ ਸਮਾਂ ਜਿਹੜਾ ਹੈਗਾ ਅਕਸਰ ਗੱਲ ਕਰੀ ਦੀ ਚੇਂਜ ਹੋ ਗਿਆ। ਔਰ ਕੈਸਾ ਕਨਸੈਪਟ ਹੈ ਜੀ, ਕੈਸੀ ਗੱਲ ਕਿਸੇ ਨੇ ਇਹ ਕਹੀ ਹੈ ਜਾਂ ਲਿਖੀ, ਮੈਂ ਪੜ੍ਹੀ ਜਿੱਥੇ ਹੈਗੀ ਵੀ ਇਹ ਪਹਿਲਾਂ ਘਰੇ ਖਾਂਦੇ ਸੀ ਅਤੇ ਜ਼ਰੂਰੀ ਕੰਮ ਕਰਨ ਬਾਹਰ ਜਾਂਦੇ ਸੀ। ਅੱਜ ਰਿਵਾਜ਼ ਇਹ ਹੋ ਗਿਆ, ਸਮਾਂ ਇਹ ਆ ਗਿਆ ਵੀ ਬਾਹਰ ਖਾ ਕੇ ਆਉਂਦੇ ਹਾਂ, ਬਾਕੀ ਕੰਮ ਜਿਹੜਾ ਗੰਦ ਗੁੰਦ ਪਾਉਣ ਵਾਲਾ ਉਹ ਘਰੇ ਪਾਈਦਾ ਆ ਕੇ। ਇਹ ਟਾਈਮ ਦੇ ਹਿਸਾਬ ਨਾਲ ਚੇਂਜ ਹੋ ਗਿਆ। ਚਲੋ ਖੈਰ, ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਇੱਦਾਂ ਨਾਲ ਨਾਲ ਚੱਲਦੀਆਂ ਰਹਿਣੀਆਂ। ਔਰ ਪੁਰਾਣਾ ਸਮਾਂ, ਅੱਜ ਦਾ ਸਮਾਂ, ਜਿਹੜਾ ਵੀ ਸਮਾਂ ਪਰਮਾਤਮਾ ਚੰਗਾ ਸਮਾਂ ਰੱਖੇ ਸਭ 'ਤੇ, ਇਹੀ ਅਰਦਾਸ ਹੁੰਦੀ ਹਮੇਸ਼ਾ। ਬਾਕੀ ਟੈਕਨੋਲੋਜੀ ਚੇਂਜ ਹੁੰਦੀ ਹੈ, ਗੱਲਾਂ ਬਾਤਾਂ ਚੇਂਜ ਹੁੰਦੀ ਹੈ, ਰੀਤੀ ਰਿਵਾਜ਼ ਜਿਹੜੇ ਨੇ ਉਹ ਚੇਂਜ ਹੋ ਜਾਂਦੇ, ਬਦਲ ਜਾਂਦੇ, ਸਾਰਾ ਕੁਛ ਬਦਲ ਜਾਂਦਾ, ਬੰਦਾ ਇਨਸਾਨ ਬਦਲ ਜਾਂਦਾ, ਪਰ ਜਿਹੜੇ ਨਹੀਂ ਬਦਲਦੇ ਉਹ ਮੇਰੇ ਖਿਆਲ ਦੇ ਵਿੱਚ ਚੰਗੇ ਰਹਿੰਦੇ। ਕਹਿੰਦੇ ਵੀ ਜਿਹੜੇ ਤੁਸੀਂ ਮੌਸਮ ਵਾਂਗੂ ਬਦਲ ਗਏ, ਅਸੀਂ ਰੁੱਖਾਂ ਵਾਂਗੂ ਖੜ੍ਹੇ ਰਹੇ, ਸੋ ਜਿਹੜੇ ਰੁੱਖਾਂ ਵਾਂਗੂ ਖੜ੍ਹੇ ਰਹਿੰਦੇ ਨੇ ਉਹ ਮੇਰੇ ਖਿਆਲ 'ਚ ਜ਼ਿੰਦਗੀ ਜ਼ਿਆਦਾ ਕਾਮਯਾਬ ਹੁੰਦੇ ਨੇ। ਗੱਲਾਂ ਬਾਤਾਂ ਤੁਹਾਡੇ ਨਾਲ ਚੱਲ ਰਹੀਆਂ ਨੇ,
ਪਰ ਫਿਲਹਾਲ ਇੱਕ ਬ੍ਰੇਕ ਜਿਹੜੀ ਆ ਹੋਰ ਲੈਣੀ ਪਏਗੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਜੀ ਥੋੜ੍ਹਾ ਜਿਹਾ ਸਮਾਂ ਹੈਗਾ ਕਾਲਾਂ ਲੈਣ ਦਾ, ਇੱਕ ਦੋ ਕਾਲਾਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੀ ਜੀ, ਕੀ ਹਾਲ ਆ? ਸਤਿ ਸ਼੍ਰੀ ਅਕਾਲ ਜੀ, ਸਵਾਗਤ ਜੀ, ਬਹੁਤ ਬਹੁਤ। ਹੋਰ ਸੁਣਾਓ, ਕੀ ਰਿਪੋਰਟਾਂ ਨੇ ਜੀ? ਹੈਲੋ, ਆਵਾਜ਼ ਬੰਦ ਹੋ ਗਈ ਜੀ, ਫੋਨ ਤਾਂ ਇੱਧਰੋਂ ਔਨ ਹੈ। ਚਲੋ ਹੋਲਡ ਕਰਕੇ ਦੇਖ ਲੈਂਦੇ ਫਿਰ ਦੂਜਾ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੀ ਵੀਰ, ਕੀ ਹਾਲ ਚਾਲ ਆ? ਸੁਰਿੰਦਰ ਸਿੰਘ ਜੀ, ਬਾਬਾ ਲੇਰਾ ਹੀ ਹੋ ਗਿਆ, ਪਰ ਇੱਕ ਜਮਾਨਾ ਨੀ ਬਦਲਿਆ। ਕਹਿੰਦੇ ਅਸੀਂ ਗੁੱਡੀ ਚੜੀ ਸਮਾਨ ਬਾਬੇ ਜੀ ਦੀਆਂ ਪੌਂ ਬਾਰਾਂ, ਨੇਤਾ ਅਸੀਂ ਚੰਦ ਚੜਾਉਂਦੇ ਛੱਡ ਜਾਂਦੇ ਜੋ ਨਵੀਆਂ ਕਾਰਾਂ, ਬਾਬਾ ਜੀ ਦੇ ਵੋਟ ਬੈਂਕ ਦੀ ਚਰਚਾ ਹੁੰਦੀ ਵਿੱਚ ਬਾਜ਼ਾਰਾਂ, ਲੀਡਰ ਜੀ ਦੀ ਵੇਖ ਕੇ ਸ਼ਰਧਾ ਸੇਵਕ ਬਣ ਗਏ ਕਈ ਹਜ਼ਾਰਾਂ, ਟੱਬਰਾਂ ਦੇ ਵੀ ਟੱਬਰ ਤੁਰ ਪਏ ਦਰਸ਼ਨ ਖਾਤਰ ਤੁਰੀਆਂ ਨਾਰਾਂ, ਬਾਬਾ ਜੀ ਦਾ ਲੋਹਣ ਥਕੇਮਾ ਗੋਡੇ ਘੁੱਟਦੀਆਂ ਨੇ ਮੁਟਿਆਰਾਂ, ਪਾਟੀ ਹੋਈ ਲਗੋਟੀ ਦੀ ਥਾਂ ਚੋਲੇ ਚੋਲੇ ਵਿੱਚ ਸੁਨਹਿਰੀ ਤਾਰਾਂ, ਆਏ ਗਏ ਨੂੰ ਪੁੱਤਰ ਬਖਸ਼ੇ ਗਾਲੇ ਉਡਾਈ ਸੇਵਾਦਾਰਾਂ, ਲਿਖੇ ਵੀ ਅਫਸਰ ਆਉਂਦੇ ਪੜ੍ਹੇ ਲਿਖੇ ਅਫਸਰ ਆਉਂਦੇ ਵੇ ਖੜੇ ਗਏ ਵਿੱਚ ਕਤਾਰਾਂ, ਅਨਪੜ੍ਹ ਬਾਬਾ ਦੇਵੇ ਭਗਤੀ, ਅਨਪੜ੍ਹ ਬਾਬਾ ਦੇਵੇ ਭਗਤੀ ਮੱਥੇ ਟੇਕਦੀਆਂ ਸਰਕਾਰਾਂ, ਇੱਕ ਸਿੱਕੇ ਦੇ ਦੋਵੇਂ ਪਹਿਲੂ ਬਾਬਾ ਲੀਡਰ ਜੁੜੀਆਂ ਤਾਰਾਂ, ਸੋਲ ਕਦੇ ਨਾ ਮੱਥੇ ਟੇਕੋ ਸ਼ਰੇਆਮ ਪਿਆ ਲਲਕਾਰਾਂ, ਸੋਲ ਕਦੇ ਨਾ ਇਹਨਾਂ ਨੂੰ ਮੱਥੇ ਟੇਕੋ ਸ਼ਰੇਆਮ ਪਿਆ ਲਲਕਾਰਾਂ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੈ। ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਜਾਂ ਸਟੂਡੀਓ ਦੇ ਵਿੱਚ ਸਾਡਾ 6 ਮਾਰਚ ਨੂੰ ਜਿਹੜਾ ਫੰਕਸ਼ਨ ਹੋ ਰਿਹਾ ਸਟੂਡੀਓ ਦੀ ਗ੍ਰੈਂਡ ਓਪਨਿੰਗ ਹੈ, ਨਾਲ ਦੀ ਨਾਲ ਸਾਡੀ ਜਿਹੜੀ ਐਨੀਵਰਸਰੀ ਹੈਗੀ ਆ 13 ਸਾਲ ਪੂਰੇ ਹੋਏ ਨੇ, ਉਹਦੇ ਵਿੱਚ ਤੁਸੀਂ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਨੰਬਰ ਲਿਖ ਲਓ। ਕੈਲੀਫੋਰਨੀਆ ਦੇ ਵਿੱਚ ਲੈਸਰੋਪ ਦੇ ਵਿੱਚ ਪ੍ਰੋਗਰਾਮ ਹੈਗਾ, ਸਟੋਕਟਨ ਦੇ ਬਿਲਕੁਲ ਨਾਲ ਪੈਂਦਾ, ਮੰਟੀਕੇ ਨਾਲ ਪੈਂਦਾ, ਟ੍ਰੇਸੀ ਵੀ ਨੇੜੇ ਹੀ ਹੈ, ਸਾਰਾ ਕੁਛ ਉਹ ਨੇੜੇ ਨੇੜੇ ਹੀ ਹੈਗਾ। ਕਾਲਾਂ ਤੁਹਾਡੀਆਂ ਆ ਰਹੀਆਂ ਨੇ, ਹੁਣ ਕਾਲ ਮੈਂ ਕੋਈ ਹੋਰ ਨਹੀਂ ਲੈ ਹੋਣੀ, ਅਤੇ ਤੁਸੀਂ 209-450-3362 'ਤੇ ਕਾਲ ਕਰ ਲਓ ਜਾਂ ਫਿਰ 646-246-7777 'ਤੇ 7770 'ਤੇ ਕਾਲ ਕਰਕੇ 6462467770 'ਤੇ ਕਾਲ ਕਰਕੇ ਜਾਂ ਟੈਕਸ ਮੈਸੇਜ ਕਰਕੇ ਆਪਣਾ ਨਾਮ ਜਿਹੜਾ ਤੁਸੀਂ ਛੱਡ ਦਿਓ ਅਤੇ ਮੋਸਟ ਵੈਲਕਮ ਹੈ ਜੀ, ਅਸੀਂ ਤੁਹਾਡਾ ਉੱਥੇ ਇੰਤਜ਼ਾਰ ਕਰਾਂਗੇ ਜ਼ਰੂਰ। ਅਤੇ ਬਾਕੀ ਕਿਸੇ ਜਾਣਕਾਰੀ ਵਾਸਤੇ ਵੀ ਈਮੇਲ ਆਈ ਡੀ ਵੀ ਨੋਟ ਕਰ ਲਓ, jaggi@justbroadcasting.com ਜਾਂ ਫਿਰ info@justbroadcasting.com। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।